ਰੱਬ ਬੜੋ ਮਹਾਨ ਆ, ਔਰ ਮਹਿਮਾ ਅਪਰੰਪਾਰ ਆ। ਉਹ ਧਰਤੀ ਆਕਾਸ਼ ਜੋ ਕਹੇ ਇਹਨੂੰ ਛਾ ਉਹਨੂੰ ਬਣਾਇਓ। ਜਦੇ ਆਪਾਂ ਦੇਖਾਂ ਕਿ ਰੱਬ ਨੇ ਕਹਿ ਕੇ ਬਣਾਇਓ ਆ, ਅਤੇ ਆਪਾਂ ਹੈਰਾਨ ਰਹਿ ਜਾਵਾਂ। ਜੋ ਕਈ ਵੀ ਰੱਬ ਨੇ ਬਣਾਇਓ ਉਹ ਬਹੁਤ ਵਧੀਆ, ਤੋਂ ਜੋ ਕਈ ਵੀ ਉਹ ਚੀਜ਼ ਬਣਾਈ ਔਰ ਮਾਨਤਾ ਭਲਾਈ ਅਤੇ ਮਹਿਮਾ ਨੇ ਪ੍ਰਗਟ ਕਰਾਇਆ। ਰੱਬ ਨੇ ਤਰ੍ਹਾਂ ਤਰ੍ਹਾਂ ਪੇੜ ਪੌਦਾ ਅਤੇ ਜੀਵ ਜੰਤੂ ਬਣਾਏ, ਫਿਰ ਉਹ ਮਿੱਟੀ ਲੈ ਕੇ ਸਭ ਤੋਂ ਪਹਿਲੇ ਬੰਦਾ ਨੂੰ ਬਣਾਇਓ, ਅਤੇ ਉਹ ਜੀ ਨਾਕੋ ਮਨੋਂ ਜ਼ਿੰਦਗੀ ਕੋ ਸਾਂਸ ਘੱਲ ਲਿਓ, ਅਤੇ ਪਹਿਲੋ ਬੰਦਾ ਆਦਮ ਘੁਆਇਓ। ਫਿਰ ਰੱਬ ਨੇ ਆਦਮੀਰ ਪਸਲੀ ਕਾਢੀ, ਅਤੇ ਉਹਦੇ ਗਲੇ ਔਰਤ ਨੇ ਆਦਮੀਰ ਪਤਨੀ ਹੋਏਗਾ ਅੱਕ ਦਿਨੋਂ, ਅਤੇ ਉਹਦਾ ਨਾਮ ਹਵਾ ਰੱਖੇ ਗਏ। ਰੱਬ ਨੇ ਉਹਨਾਂ ਨੇ ਆਪਣੇ ਸਰੂਪੇ ਤੌਰੀ ਪਰ ਹੀ ਬਣਾਇਓ, ਅਤੇ ਇਹਦੇ ਕਰਕੇ ਉਹ ਜੀ ਸੰਗਤੀ ਕੋ ਆਨੰਦ ਮਾਣਦੇ ਤੇ, ਅਤੇ ਉਹ ਬਾਗੇ ਮਨੋਂ ਬੜੀ ਖੁਸ਼ੀ ਗਲੇ ਉਹਦੇ ਸਾਹਮਣੇ ਰਹਿੰਦੇ ਤੇ ਜੋ ਰੱਬ ਨੇ ਉਹਨਾਂ ਵਾਸਤੇ ਬਣਾਇਓ ਤੋ, ਅਤੇ ਬਾਗੇ ਨੇ ਅਧਨੇ ਵਾਟਕਾ ਕਿਉਂ ਗਿਓ, ਉੱਤਾ ਕੋਈ ਦੁੱਖ ਅਤੇ ਮੌਤ ਨਹੀਂ ਤੀ। ਰੱਬ ਨੇ ਆਦਮੀ ਨੇ ਕਿਹਾ ਤਵੀਂ ਹਰ ਇੱਕ ਪੇੜਾ ਫਲ ਖਾ ਸਕੋ ਚੋ ਇੱਕ ਨੇ ਮਿਲ ਕੇ, ਜੇ ਤਵੀਂ ਉਹਨੇ ਖਾਇਓ ਤਾਂ ਮਰ ਜੀਓ। ਪਰ ਇੱਕ ਦਿਨ ਕਾਲ ਨੇ ਹਵਾ ਨੇ ਪਰਖੇ ਕੋਸ਼ਿਸ਼ ਕੀਤੀ, ਉਹ ਫਲ ਤੋੜਿਓ ਖਾਧੋ ਅਤੇ ਆਪਣੇ ਪਤੀ ਨੂੰ ਵੀ ਦਿਨੋ। ਉਹਨੂੰ ਇਹਦਾ ਤਾਂ ਕਿਦੋ ਕਿ ਰੱਬੇ 'ਤੇ ਜਦੋਂ ਯਕੀਨ ਉਹਨੂੰ ਕਾਲੇ ਪਰ ਕਿਦੋ। ਉਸ ਸਮੇਂ ਹੀ ਉਹਨੂੰ ਸੰਬੰਧ ਰੱਬੇ ਗਲੇ ਟੁੱਟ ਗਏ, ਕਿਉਂਕਿ ਰੱਬ ਪਵਿੱਤਰ 'ਚ ਆ, ਉਹਦੇ ਸਾਹਮਣੇ ਉਹ ਹੁਕਮ ਤੋੜਿਆ ਨਹੀਂ ਰਹਿ ਸਕਦੇ। ਰੱਬ ਨੇ ਆਦਮੇ ਅਤੇ ਹਵਾ ਨੇ ਅਧਨੇ ਜੀ ਵਾਟਕਾ ਵਾਲੇ ਬਾਹਰ ਕਾਢ ਦਿਨੋ, ਉਹਨੂੰ ਰੱਬੇ ਦੇ ਹੁਕਮ ਨੇ ਨਹੀਂ ਮੰਨਿਓ, ਅਤੇ ਇਹਦੇ ਕਰਕੇ ਉਹਨਾਂ ਨੇ ਸ਼ਰਮਿੰਦਾ ਹੋਣਾ ਪੜਿਓ। ਆਦਮ ਹਵਾ ਅਤੇ ਉਹਦੀ ਆਏ ਵਾਲੀ ਸਾਰੀ ਪੀੜ੍ਹੀ ਦੁੱਖ ਦੇ ਮੋਤੇ ਜੇ ਭਾਗੀਦਾਰ ਬਣ ਗਏ, ਪਰ ਰੱਬ ਬਹੁਤ ਹੀ ਦਿਆਲੂ 'ਚ ਆ, ਪਰ ਉਹ ਇਨਸਾਨੇ ਨੇ ਪਿਆਰ ਕਰਨ ਨੂੰ ਨਹੀਂ ਛੱਡਿਓ। ਪਰ ਉਹ ਇਨਸਾਨੇ ਨੇ ਆਪਣੀ ਸੰਗਤੀ ਮੈਨੂੰ ਲਿਆਏ ਰੋ, ਪਹਿਲਾਂ ਹੀ ਗਾਹ ਤਿਆਰ ਕਰ ਲਿਦੋ ਤੋ। ਪਵਿੱਤਰ ਸ਼ਾਸਤਰੀ ਮਨੋਂ ਰੱਬ ਆਪਣੀ ਯੋਜਨਾ ਨੇ ਪ੍ਰਗਟ ਕਰਾਇਆ, ਜਿਹਦੇ ਕਰਕੇ ਇਨਸਾਨੋਂ ਨੇ ਉਹਨਾਂ ਦੀ ਸਜ਼ਾ ਅਤੇ ਜਿਹਨੂੰ ਉਹ ਹੱਕਦਾਰ ਸੀ ਉਹਨੂੰ ਤੇ ਬਚਾਈਆ, ਉਹਨੂੰ ਪਾਪ ਅਤੇ ਸ਼ਰਮੇ ਦੂਰ ਕਰਕੇ ਉਹਨਾਂ ਨੇ ਆਪਣੀ ਸੰਗਤੀ ਉਹਨੂੰ ਵਾਪਸ ਲਈਆ। ਸੰਤ ਇਬ੍ਰਾਹਿਮੇ ਪਰ ਉਹ ਆਪਣੀ ਯੋਜਨਾ 'ਚ ਇੱਕੋ ਭਾਗ ਪ੍ਰਗਟ ਕਿਦੋ। ਇਬ੍ਰਾਹਿਮ ਨੇ ਰੱਬੇ ਪਰ ਯਕੀਨ ਕਿਦੋ, ਕਿਉਂਕਿ ਉਹ ਆਦਰ ਵੀ ਕਰਤੋ ਤੋ। ਰੱਬ ਨੇ ਉਹਨੇ ਅਸ਼ੀਸ਼ੇ ਦੇ ਵਚਨ ਦਿਨੋ ਕਿ ਉਤਾਰੇ ਦੁਆਰਾ ਦੇਸ਼ੇ 'ਚ ਹਰ ਇੱਕ ਇਨਸਾਨੇ ਨੇ ਅਸ਼ੀਸ਼ ਦੀਆ। ਰੱਬ ਨੇ ਉਹਨੇ ਵਚਨ ਦਿਨੋ ਕਿ ਉਹ ਜੀ ਪੀੜ੍ਹੀ ਹੋਣੇ ਸਮੁੰਦਰ ਕਿਨਾਰਾ ਪੜੀ ਰੇਤਾ 'ਚ ਕਣੋ ਦੇ ਸਮਾਨ ਅਤੇ ਆਕਾਸ਼ ਦੇ ਤਾਰਾਂ ਸਮਾਨ ਕਰਦੀ ਆ। ਇਬ੍ਰਾਹਿਮ ਨੇ ਰੱਬੇ ਪਰ ਯਕੀਨ ਕਿਦੋ, ਅਤੇ ਰੱਬ ਨੇ ਉਹ ਜੀ ਯਕੀਨੀ ਕਰਕੇ ਉਹਨੇ ਧਰਮੀ ਮੰਨਿਓ, ਅਤੇ ਉਹਨੇ ਆਪਣਾ ਮਿੱਤਰ ਬਣਾਇਓ। ਇੱਕ ਦਿਨ ਰੱਬ ਨੇ ਇਬ੍ਰਾਹਿਮ ਨੇ ਪਰਖਿਓ ਕਿ ਉਹ ਪਰ ਯਕੀਨ ਰੱਖਾ ਛਾ ਜਾਂ ਨਹੀਂ, ਕਿ ਉਹਦੇ ਗੁਣ ਮੰਨਾ ਛਾ ਜਾਂ ਨਹੀਂ। ਰੱਬ ਨੇ ਉਹਨੇ ਕਿਹਾ ਕਿ ਉਹਦੇ ਵਾਸਤੇ ਆਪਣੇ ਬੇਟਾ ਨੂੰ ਬਲੀਦਾਨ ਕਰਾ। ਇਬ੍ਰਾਹਿਮ ਜਾਣ ਤੋਂ ਕਿ ਉਹਦੇ ਇੱਕ ਹੀ ਬੇਟਾ 'ਚ ਕਰਕੇ ਰੱਬ ਨੇ ਉਹਨੇ ਵਚਨ ਦਿਨੋਂ ਤੋਂ ਕਿ ਉਹਦੀ ਪੀੜ੍ਹੀ ਨੂੰ ਵਧਾਈਆ, ਫਿਰ ਵੀ ਉਹ ਰੱਬੇ ਪਰ ਯਕੀਨ ਕਿਦੋ ਅਤੇ ਉਹਦੇ ਗੁਣ ਮੰਨਿਓ। ਇਹਦੇ ਕਰਕੇ ਉਹ ਤਿਆਰੀ ਕੀਤੀ ਤਾਂ ਕਿ ਉਹ ਆਪਣੇ ਬੇਟਾ ਨੇ ਮਾਰ ਕੇ ਰੱਬੇ ਦੇ ਵਾਸਤੇ ਬਲੀਦਾਨ ਚੜਾਵਾ। ਇਬ੍ਰਾਹਿਮ ਨੇ ਆਪਣਾ ਛੁਰਾ ਚੁੱਕਿਓ, ਪਰ ਰੱਬ ਨੇ ਇਬ੍ਰਾਹਿਮ ਨੇ ਕਿਹਾ, ਇਬ੍ਰਾਹਿਮ ਇਹ ਲੜਕਾ ਨੁਕਸਾਨ ਨਾ ਪਹੁੰਚਾ, ਮੰਨੇ ਪਤਵਾ ਕਿ ਤੂੰ ਮਾਰੋ ਡਰ ਮੰਨੇ ਅਤੇ ਮਾਰੀ ਹੁਕਮ ਮੰਨਣ ਵਾਸਤੇ ਤਿਆਰ ਹੋਵੇਂ। ਉਦੇ ਹੀ ਇਬ੍ਰਾਹਿਮ ਨੇ ਆਪਣੇ ਪੰਜੋਂ ਇੱਕ ਭੇਡੇ ਨੇ ਦੇਖਿਓ, ਜਿਹਨੂੰ ਆਪਣੇ ਸੀਂਗ ਝਾੜੀ ਹੁਣ ਫਸਾਈ ਖੜ੍ਹੇ ਤੋ। ਫਿਰ ਇਬ੍ਰਾਹਿਮ ਨੇ ਉਹ ਭੇਡੇ ਨੇ ਲਏ ਤੋ ਜਿਹਨੂੰ ਰੱਬ ਨੇ ਉਹਨੇ ਦਿਨੋ ਤੋ, ਅਤੇ ਉਹਨੇ ਆਪਣੇ ਬੇਟਾ 'ਚ ਬਦਲੇ ਉਹਨੇ ਬਲੀਦਾਨ ਚੜਾਇਓ। ਜਦੇ ਰੱਬ ਨੇ ਇਬ੍ਰਾਹਿਮ ਦੀ ਬੇਟਾ ਦੀ ਥਾਂ ਭੇਡੇ ਦਾ ਪ੍ਰਬੰਧ ਕਿਦੋ, ਅਤੇ ਉਹ ਲੋਕਾਂ ਵਾਸਤੇ ਆਪਣੀ ਮਹਾਨਤਾ ਨੂੰ ਪਿਆਰ ਪ੍ਰਗਟ ਕਿਦੋ, ਔਰ ਉਹ ਪਿਆਰ ਉਹ ਚੰਗੇ ਬਾਪੇ ਦੀ ਪਿਆਰੀ ਤਰ੍ਹਾਂ ਆ ਜਿਹਨੂੰ ਆਪਣੀ ਬੇਟਾ ਨੇ ਪਿਆਰ ਕਰਾਇਆ। ਇਹ ਘਟਨਾ ਦੁਆਰਾ ਰੱਬ ਨੇ ਇਹ ਪ੍ਰਗਟ ਕਿਦੋ ਕਿ ਉਹ ਇਨਸਾਨੋਂ ਦੀ ਥਾਂ ਪਰ ਇੱਕ ਬਲੀਦਾਨੇ ਨੂੰ ਪ੍ਰਬੰਧ ਕਰੀਆ। ਬਹੁਤ ਸਾਲ ਪਹਿਲੇ ਰੱਬ ਨੇ ਸੰਤੋਂ ਪਰ ਇਹ ਪ੍ਰਗਟ ਕਿਦੋ ਕਿ ਉਹ ਪਾਪ ਰਹਿਤ ਇਨਸਾਨੋਂ ਨੇ ਆਦਮੀ ਦੀ ਪੀੜ੍ਹੀ ਦੀ ਥਾਂ ਮਰੇ ਵਾਸਤੇ ਘਾਲੀ ਆ, ਅਤੇ ਉਹਨਾਂ ਦੇ ਪਾਪ ਅਤੇ ਸ਼ਰਮੇ ਨੂੰ ਦੂਰ ਕਰੀ ਆ।
ਇੱਕ ਮਹਾਨ ਬਲੀਦਾਨ ਉਹਨਾਂ ਵਾਸਤੇ ਜਿਹਨੂੰ ਉਰਪਰ ਯਕੀਨ ਕਰੀਏ। ਸੰਤੋ ਇਹ ਇਨਸਾਨੇ ਨੇ ਮਸੀਹਾ ਕਿਹੋ, ਇੱਕ ਬੂਹਾ ਖੂੜੀ ਆ ਉਹਨਾਂ ਵਾਸਤੇ ਜਿਹਨੂੰ ਹਮੇਸ਼ਾ ਰੱਬੇ ਸੰਗਤੀ ਕਰ ਸਕੀ। ਅਤੇ ਉਹਨੂੰ ਕਿਹੋ ਕਿ ਰੱਬ ਮਸੀਹਾ ਨੇ ਆਪਣੇ ਇਨਸਾਨਾਂ ਨੂੰ ਬਚਾਏ ਵਾਸਤੇ ਘਾਲੀ ਆ, ਅਤੇ ਉਹਨੂੰ ਰਾਜਾ ਹੋਈ ਆ, ਰੱਬੇ ਦੇ ਨਾਮੇ ਮੈਨੂੰ ਉਹਨੂੰ ਪਰ ਰਾਜ ਕਰੀ ਆ। ਉਹਦੇ ਆਇਤ ਪਹਿਲਾਂ ਕਈ ਸੌ ਸਾਲ ਸੰਤੋਂ ਇਹ ਦੱਸਿਓ ਅਤੇ ਮਸੀਹਾ ਕਾਏ ਕਾਏ ਕਰੀ ਆ, ਅਤੇ ਉਹਦੇ ਗਲੇ ਕਾਏ ਕਾਏ ਹੋਈ ਆ। ਸੰਤ ਦਾਊਦ ਨੇ ਕਿਹਾ ਕਿ ਰੱਬ ਮਸੀਹਾ ਬਾਰਾ ਇਹ ਕਿਹਾ ਕਿ ਤੂੰ ਮਾਰਾ ਬੇਟਾ ਏ। ਹੋਰ ਵੀ ਸੰਤੋਂ ਰੱਬੇ ਦੇ ਬੇਟਾ ਦੇ ਰੂਪੇ ਵਣੋ ਉਹਦੀ ਗੱਲਾਂ ਕਿਧੀ, ਤਾਂ ਕਿ ਮਸੀਹਾ ਔਰ ਰੱਬੇ ਗਲੇ ਕੋ ਪੱਕੋ ਰਿਸ਼ਤਾ ਬਿਆਨ ਕਰ ਸਕੇ। ਸ਼ਾਇਆ ਸੰਤੇ ਨੇ ਕਿਹਾ ਕਿ ਇੱਕ ਕੁਆਰੀ ਗਰਭਵਤੀ ਹੋਈ ਆ ਅਤੇ ਇੱਕ ਬੇਟਾ ਨੇ ਜਨਮ ਦਈ ਆ, ਔਰ ਉਹ ਬੇਟਾ ਰੱਬੇ ਕੋ ਅਮਰ ਵਚਨ ਆ ਜਿਹਨੂੰ ਇਹ ਦੁਨੀਆ ਪਰ ਪ੍ਰਗਟ ਹੋਈ ਆ। ਸੰਤੋਂ ਇਹ ਵੀ ਦੱਸਿਓ ਕਿ ਮਸੀਹਾ ਦਾ ਜਨਮ ਬੈਤਲਮੇ ਵਨ ਹੋਈ ਆ, ਉਹ ਯਰੂਸ਼ਲਮੇ ਵਨੋਂ ਉਹਨਾਂ ਦੇ ਰਾਜਾ ਦੇ ਰੂਪੇ ਵਨੋਂ ਇੱਕ ਗਧਾ ਪਰ ਸਵਾਰ ਹੋ ਕੇ ਪ੍ਰਵੇਸ਼ ਕਰੀ ਆ। ਉਹਨੂੰ ਇਹ ਵੀ ਲਿਖਿਓ ਕਿ ਉਹ ਇੱਕ ਨਜ਼ਦੀਕੀ ਮਿੱਤਰ ਉਹਨੇ 30 ਚਾਂਦੀ ਦੇ ਸਿੱਕਾਂ ਵਾਸਤੇ ਧੋਖੋ ਦੇ ਦੀ ਆ। ਸੰਤੋਂ ਕਿਹਾ ਕਿ ਮਸੀਹ ਆਪਣੀ ਜ਼ਿੰਦਗੀ ਨੂੰ ਬਲੀਦਾਨ ਕਰੀ ਆ, ਪਰ ਰੱਬ ਉਹਨੇ ਤੀਸਰੇ ਦਿਨ ਹੀ ਜ਼ਿੰਦਾ ਕਰ ਲਈ ਆ। ਸੰਤੋਂ ਮਸੀਹੇ ਨੇ ਨਿਸ਼ਾਨੇ ਦਾ ਬੇਟਾ ਵੀ ਕਿਹਾ, ਹੋਰ ਦੱਸਿਓ ਕਿ ਵਦਨੋਰ ਮਾਲੇ ਲੰਘ ਕੇ ਰੱਬੇ ਪੰਜੋ ਜੀ ਆ, ਅਤੇ ਰੱਬ ਉਹਨੇ ਸਾਰੇ ਲੋਕੋਂ ਅਤੇ ਸਾਰੇ ਦੇਸ਼ੋਂ ਪਰ ਸਦਾ ਵਾਸਤੇ ਅਧਿਕਾਰ ਦੀ ਆ। 2000 ਸਾਲ ਪਹਿਲਾਂ ਇੱਕੋ ਇਨਸਾਨ ਧਰਤੀ ਪਰ ਰਹਿਤੋ ਤੋਂ ਜਿਹੜੋ ਨਾਮ ਯਸ਼ੂ ਤੋਂ ਕਾਈ ਯਸ਼ੂ ਜੀਵਨ ਉਹ ਸਾਰੀ ਗੱਲੋਂ ਨੇ ਜੋ ਕਿ ਸੰਤੋਂ ਨੇ ਯਸ਼ੂ ਮਸੀਹ ਬਾਰਾਂ ਕਹੀ ਉਹਨਾਂ ਗੱਲਾਂ ਨੂੰ ਪੂਰਾ ਕਰਾਇਆ। ਇਹ ਫਿਲਮ ਦੱਸਾਇਆ ਕਿ ਯਸ਼ੂ ਕੌਣ ਤੋਂ ਅਤੇ ਉਹ ਕਾਈ ਕਿਉਂ ਅਤੇ ਉਹ ਕਾਈ ਕਿਦੋ, ਜਿਹਦਾ ਕਿ ਪਵਿੱਤਰ ਬਾਈਬਲ ਉਹਨੂੰ ਲਿਖੇ ਵਾ। ਇਹ ਫਿਲਮੇ ਮੈਨੂੰ ਇੱਕ ਕਲਾਕਾਰ ਨੇ ਯਸ਼ੂ ਨੂੰ ਰੋਲ ਨਿਭਾਇਆ ਵਾ, ਉਹਦਾ ਤਾਂ ਕੋਈ ਵੀ ਇਹਦੇ ਲਾਇਕ ਨਹੀਂ ਆ ਜਿਹਨੂੰ ਇਹ ਰੋਲ ਕਰ ਸਕਾ, ਪਰ ਇਹ ਫਿਲਮ ਇਹਦੇ ਕਰਕੇ ਬਣਾਏ ਗਏ ਵਾ ਕਿ ਲੋਕ ਯਸ਼ੂ ਬਾਰੇ ਮੈਨੂੰ ਤੇ ਉਹਦੀ ਜ਼ਿੰਦਗੀ ਦੇ ਬਾਰੇ ਮੈਨੂੰ ਜਾਣ ਸਕੇ, ਉਹ ਆਸ਼ੀਸ਼ ਜਿਹਨੂੰ ਰੱਬ ਨੇ ਵਚਨ ਦਿਨੋਂ ਆ ਉਹਨੇ ਪ੍ਰਾਪਤ ਕਰ ਸਕੇ। ਪਿਆਰਾ ਥਲੀਪੁਸ, ਇਹ ਗੱਲਾਂ ਮੈਂ ਸਾਰੀ ਨੰਬਰਵਾਰ ਉਹ ਸਾਰੀ ਘਟਨਾ ਬਾਰੇ ਲਿਖੂ ਪੜਿਓ ਜੁਣੀ ਗੱਲਾਂ ਹੋਈ ਸੀ, ਤਾਂ ਕਿ ਤੁਸੀਂ ਸਾਰੀ ਗੱਲੋਂ ਬਾਰੇ ਸਾਰੀ ਗੱਲੋਂ ਸੱਚਾਈ ਜਾਣ ਸਕੋ। ਜਿਨ੍ਹੋਂ ਦਿਨੋਂ ਕੇਸਰ ਅਗਸਤੁਤ ਰੋਮੇਰੋ ਬਾਦਸ਼ਾਹ ਤੋਂ ਅਤੇ ਮਹਾਨ ਹੈਰੋਦੇਸ ਯਹੂਦੀਆਂ ਰੋ ਰਾਜਾ ਤੋਂ ਰੱਬ ਨੇ ਨਾਸਰਤ ਸ਼ਹਿਰ ਦੀ ਇੱਕ ਕੁਆਰੀ ਕਿੰਨੇ ਜਬਰਾਇਲ ਸਵਰਗਦੂਤੇ ਨੇ ਘੱਲਿਓ, ਉਹ ਕੁਆਰੀ ਨਾਮ ਤੋਂ ਮਰੀਅਮ। ਡਰਨਾ ਮਰੀਅਮ, ਤਾਰੇ ਪਰ ਰੱਬੇ ਮਿਹਰ ਹੋਈ ਆ, ਤੂੰ ਗਰਭਵਤੀ ਹੋਈ ਹੈ, ਤੂੰ ਇੱਕ ਬੱਚਾ ਨਾਲ ਜਨਮ ਦੇਈ ਹੈ, ਤੂੰ ਔਰ ਨਾਮ ਯਸ਼ੂ ਰੱਖੀ। ਇਹ ਕਿਹੜਾ ਹੋ ਸਕਾ ਆ, ਮੈਂ ਤੇ ਅਜੇ ਕੁਆਰੀ ਹਾਂ। ਪਵਿੱਤਰ ਆਤਮਾ ਤਾਰੇ ਪਰ ਉਤਰੀ ਹੈ, ਇਹਦੇ ਕਰਕੇ ਉਹ ਪਵਿੱਤਰ ਬੱਚਾ ਪਰਮ ਪ੍ਰਧਾਨ ਰੱਬੇ ਬੇਟਾ ਕੋਈ ਹੈ, ਤੇ ਔਰ ਰਾਜ ਕਦੇ ਵੀ ਖਤਮ ਨਹੀਂ ਹੋਏ ਰੋ। ਮਰੀਅਮ ਯਹੂਦਿਆ ਦੇ ਇੱਕ ਨਗਰੇ ਆਪਣੀ ਚਾਚਾ ਦੀ ਬੇਟੀ ਐਲੀਸ਼ਿਬਾ ਕਹਿੰਦੇ ਗਈ, ਜੋ ਰੱਬੇ ਵਡਲੇ ਗਰਭਵਤੀ ਦੀ। ਐਲੀਸ਼ਿਬਾ, ਮਰੀਅਮ, ਬੈਨ ਮਰੀਅਮ, ਤੂੰ ਸਾਰੀ ਔਰਤੋਂ ਮਾਲੇ ਧੰਨ ਸੀ, ਧੰਨ ਛਾ ਉਹ ਬੱਚਾ ਜਿਹਨੇ ਤੂੰ ਜਨਮ ਦੀ ਸੀ। ਜਿਹੜਾ ਇਮਤਾਰ ਆਵਾਜ਼ ਸੁਣੀ ਤੇ ਬੱਚਾ ਖੁਸ਼ੀ ਗੱਲੇ ਮਾਰੇ ਢਿੱਡੇ ਵੀ ਉਛਲ ਪੜਿਓ। ਮਾਰ ਪ੍ਰਾਣ ਰੱਬੇ ਮਹਿਮਾ ਕਰੇ, ਤੇ ਮਾਰ ਆਤਮਾ ਮੈਨੇ ਬਚਾਏ ਵਾਲੇ ਰੱਬੇ ਮੈਨੂੰ ਖੁਸ਼ ਹੋਈ, ਅੱਜ ਇੱਥੇ ਸਭ ਯੁਗ ਔਰ ਲੋਕ ਮੈਨੇ ਧੰਨ ਕਹੀ। ਨਾਸਰਤ ਨਗਰੇ ਦੇ ਸਾਰੇ ਲੋਕੋ ਸੁਣੋ, ਕੇਸਰ ਅਗਸਤੁਸੇਰ ਆ ਗਿਆ ਆ, ਗਲੀਲ ਤੇ ਯਹੂਦੀਆਂ ਰਾਜੋਂ ਔਰ ਸਾਰੇ ਨਿਵਾਸੀ ਔਰ ਗਿਣਤੀ ਹੋਈ ਆ, ਇਹਦੇ ਕਰਕੇ ਸਾਰੇ ਲੋਕੋ ਨੇ ਆਪਣੇ ਦੇਸੀ ਵੱਜੋਂ ਜਾ ਕੇ ਛੇਤੀ ਨਾਮ ਲਿਖਾਵਣੋ ਪੜ੍ਹੀ ਆ। ਤੇ ਮਰੀਅਮ ਆਪਣੇ ਮੰਗੇਤਰ ਯੂਸਫੇ ਗੱਲੇ
यहूदियां जी गाम बैतलमियों नाम लखाएन गई। बैतलमियों उन्होंने थां ना मिली, पर एक गऊशाला में उन्होंने रुके थां मिल गई। दिसरे ओ पासें भेडें च गायाल अपनी भेडों राते के समय रखवाली करते थे, उदे ही रब्बे स्वर्गदूत उत्ता प्रकट हो गयो ते रब्बे के चानण उन्होंने घेर लिदो। अज दिन दौदर नगरे में धुने बचाए आलो पैदा हो गयो आ, मतलब मसीह प्रभु। चरवाहा छेती ही नवे जामे बच्चा ने देखे वास्ते छेती पहुंच गए। वो पहले लोगों मनो गिने गए जिन्हों कुआरी माता द्वारा बचाए आले जन्मे खुशखबरी सुनाई। एक हफ्ता बाद जिदे बच्चा का रीति रिवाज का समूह आयो ते और नाम यीशु रखे गयो। यूसुफ मरियम बच्चा ने रब्बे सामने पेश करे वास्ते यरूशलम ले गई। सत्संग करे मनो शिमोन नामेर धर्मी ते भगत पुछते जिन्होंने पवित्र आत्मा वरले हक मिलियो तो जत्था तक मसीह बच्चा दर्शन ना कर लेवा ते मौते नहीं दिखे रो। रब वचने सार शांति गले आपने सेवक ने आपने किन्ने बुला लेवा। मरी आंखो तने बचाए आलो देख रहे दो आ, ये बच्चा रब्बे चुने हुए आ, तार दोरो पढ़ो आ। रब्बे रसूल मूसा जी लिखे अनुसार जदियों धार्मिक काम नु पूरो कर दनो यरूशलेम ते नासरत वापस आ गयो। जदे यीशु 12 सालों रोयो मरियम ते यूसुफ उन्हें फसह त्योहारी पर यरूशलेम ले गए ते आवती वारी उन्हें सोचियो कि यीशु मारे गले ही आ, पर यीशु ते पाछे ही रह गयो। तो उन्हें लाभे वास्ते शहर मगर मुड़े ते तीजे दिन यीशु ने मंदरे मनो धार्मिक गुरुओं गले गले करते देखियो। केरो बेटा जने सवाल पूछा या मम्मी नासरत जी हां मम्मी सोचो ही मारे गले ही जा, कृपा करके मन्ने माफ करो। बच्चा यीशु की गलों सारे हैरान कर दनो। बेटा तू मर गले रा का कदो तने नहीं तो पतो, तारो बाप ते मैं किन्ना परेशान होए थे। तमी मैंने कहा लाभ दे दे, काहे तने नहीं पतो कि मैं आपदे परम पिता रे काम उन पूरो करनो है। ते यीशु उन्हों जी गले नासरत वापस आयो। रब्बे ते बंदा जी कृपा मनो बुद्धि ते शरीर मनो वत हो गयो। बादशाह तिबरियुस के 15वें राजे मनो पैंतूस पिलातूस यहूदियों को राजा तो ते हेरोदेस गलीलियों को राजा तो हन्ना ते कैफा मोटे पजारी ते रेगिस्ताने मनो रब्बे रो वचन यूहन्ना ने मिलियो। उस यरदन नदी के आसे पासे इलाका मनो पापों माफी ते मन बदलाए को बपतिस्मा देन लाग गयो। अपने पापों तो तौबा करो ते बपतिस्मा लियो, रब तारे पाप माफ कर गया। संतरी पानी मनो लिखया रेगिस्ताने मनो कोई बुला रहा, प्रभु वास्ते रास्ता बनाओ, प्रभु री यात्रा वास्ते रास्ता सीधो बनाओ। हर एक घाटी जरूर भरी जावा, हर एक पहाड़ ते टिब्बो पत्थरो कितो जावा, डिंगे टेढ़े रास्ता सीधे करो ते ऊंचे नीवे रास्ता पत्रे करो।
ते सारी इंसान जाति रब्बे रो बचाया ने देखिया अभी काई करा मम्मी काई करा ओ सपर बच्चो मन दस मम्मी काई करा मने दस मैं कुने रह जावा जे केरे किन्ने दुई चगा छी ऊ इको दूजे बंदान दे दवा जेरे कने नहीं छा जेरे कने रोटी आ ऊ जरूर वंडा हे गुरु मम्मी चुंगी ले आला मम्मी कहीं करा लोड़े ते ज्यादा चुंगी तवी ना लियो ते मन्ने भी दस ते मन्ने कहीं करनो चाहिए तो आ केरे पाले भी तक्का गले पैसा ना लियो ना केर पर झूठो इल्जाम लगाओ अपनी कमाई मनो ही खुश रहो मन्ने दस कि तू मसीह छी मैं तन्ने पानी गले बपतिस्मा देऊं छू पर कुआरे वा जुनो मर गले भी कई गुणा महान छा मैं उर जुत्ती री डोरे खोले लायक भी नहीं हूं तू तन्ने पवित्र आत्मा ते आगेर बपतिस्मा दिया और छाज और हथे मनु छा ताकि ऊ कणके ने तूड़ी ते लग करके अपने बडोला मनु रखा ते पवित्र आत्मा कबूतर रूपे मनो यीशु पर उतरियो ते स्वर्गों माली आवाज आई तू मारो प्यारो बेटा ही मैं तारी परे खुश हूं लगभग 30 साल की उम्र में यीशु ने अपन सेवा शुरू की दी पवित्र आत्मा गले भरपूर यीशु यरदने दे वापस आयो आत्मा दे सीक के यीशु 40 दिन बिया बाने मनोरियो जत्ता काल उन्हें प्रताप तोरियो ते फिर काल उन्हें क्यों जे तू रब्बे बेटा छी ते पत्थर ने रोटी बने रुकम दा ये लिखे हुआ कि बंदा सिर्फ रोटी पर नहीं रब्बे रे वचने पर जीतो रही आ ते फिर काल उन्हें एक ऊंची जगह पर ले गयो ते पले मन दुनिया सारे राज दिखाए इसारो वाक ते ऐश्वर्या मैं तने दन्यू इसारो काई मने संभायो वा जिन्हें मैं चाहूं उन्हें मैं दे सकूं छू जे तू मने मठू टेके ते इसारो काई तारो हो जाइया ये भी लिखे हुआ कि तू अपने प्रभु रब्बे रा नाम जप ते तू सिर्फ और ही सेवा कर फिर काल उन्हें यरूशलेम में एक ऊंचे मंदिर पर ले गयो जे तू रब्बे बेटा छी तिथो अपने अपने सड़दा ते पवित्र बाइबल में लिखियो वा ते रब अपने स्वर्ग दूतों ने हुक्म दईया ते तन्ने ओ बचा लेंगे ते तन्ने ओ हाथों के चुक लेंगे जुन तारे पैरों पर चोट ना लागा पवित्र बाइबल कवाया कि तू अपने प्रभु रब्बे ना परता
फिर यीशु नासरत आयो जताऊ पलियो वध्यो तो केताई ठीक हूं। शब्द मतलब बंदगी रो दिन असूलों के मुताबिक वो सत्संग करे मनो गए ते यशाया संतरी बाणी माले उन्हें एको भाग पढ़े वास्ते क्यों गयो रबेर आत्मा मार परछा कहाँ कि वह मन दुखियों ने समाचार सुनाए वास्ते चुने वा वह मन कले वा कि गुलामों आजाद ते आंदे होने सजाको करे संदेश दा सताए हुए लोगों ने आजाद करे वास्ते ते ऐलान करे वास्ते उस समय आ गया कि जदे रब अपने लोगों बचाइया ओ ठीक कमे आज पवित्रे बाइबल लिखे वो भी पूरे होयो जे तां तवी अब्बे सुनयो कहे रब्बे वचन सच्चा तो ईसा दे को मसीहा ही पूरा कर सका या मैं केगा जानिया एर मन को शक नहीं कि तवी मन ई कहावत कालियो के वैद जी आपने अपने चंगो कर तवी मन ई भी कहियो कि आपने शहर ने भी ई करो जेरा मैं सुनयो तो कफर नु मन के दो मैं तने कहूं छो कोई भी संत अपने शहर ने अपनी इज्जत नहीं करवा सकतो आ इदा यीशु अपन जानकारी रब्बे द्वारा अभिषिक्त दुनिया की भलो करता रूपे मन दिनो पर यहूदियों उन्हें मसीहा ना मन्यो उन्हें लोगों पहाड़ी परे सुटनो चाहे ऊ पीड़े माले निकल के अपने राह टोक पड़े ते गलीलेर नगर कफरनहूम पहुंचो ओ समय मनो देश रोमी हकूमती रो गुलाम तो ते लोग ओरे जुल्मों तो खेड़ो छड़ाए वास्ते मसीहा जी उड़ीके मनो ते केरा ठीक ही गुरु जी ठीक हूँ तारी बेड़ी में बैठ सकूँ शमौन आवा बैठ सके यीशु मन्ने मेल कितनी जा रहे हो गुरु जी मन्ने कहीं दस मन्ने कोई दस प्रभु यीशु मन्ने कोई ज्ञान दा इक्के बारी दुई बंदा प्रार्थना करे वास्ते मंदिर में गए एको धार्मिक गुरु ते दूजो चुंगी ले आलो धार्मिक गुरु अलग खड़ के एदा प्रार्थना करे लागो रब मैं तेरा धन्यवाद करूँ छू कि मैं दूजों की तरह बेईमान ते लालची ते कोई गलत काम करे आलो नहीं छू मैं तेरा धन्यवाद करूँ छू कि मैं ये चुंगी ले आलो तरह नहीं छू हफ्ता दे वरी वत रखूँ छू कमाई दशवंश मैं तने दऊँ छू पर चुंगी वाले दूर खड़ के बिना देखे ही स्वर्गी वल्ले क्यों अपन छाती पिट पिट के ई क्यों कि हे रब मैं पापी छू मर पर दया कर मैं तने कहूँ धार्मिक गुरु नहीं पर उही चुंगी ले आलो रबिर निगम धर्मी बनियो तो आपने घरे गयो जनों आपने आपे मोटो बनिया उन्हें निको किदो जिया पर जो आपने आपे निको समझिया उन्हें मोटो किदो जिया अपनी बेड़ी ने वो डूंगे पानी में ले चाल ते अपने साथियों गले मछियों वास्ते जाल काल ओ गुरु जी अमी सारी रात बहुत मेहनत की दी पर कहीं भी ना पकड़ो
जे तू कवे ही ते मैं जाल काल ही दूं। याकूब यूहन्ना याकूब यूहन्ना अपन बेड़ी में लिया मार मदद करो जल्दी जल्दी मम्मी नहीं आ सकते बहुत काम जी। बहुत ही बस करो इनी मच्छी बहुत ही। प्रभु मारे पाले चले जो मैं एको पापी बंदा हूं। तू डर ना आज तो तू लोकन मरपन ले छी। मारे पनु आओ तो मारे वचन सुनो मार मन ही हो तो जीवन पइयो। प्रभु लभो जब तक कोई मिल सका उन्हें बुलाओ जदे कि उतारे पंजो ही माड़ो बंदा अपने माड़े काम बेगुरा अपने माड़े काम छोड़ के रब्बे पन्नु आवा ते ऊ उन्होंने पर मेहर करिया तो उन्होंने सारी माफ़ी मिली है ते तू खुश रही सी ते तने शांति मिली आ। आरे आ देखो यीशु यीशु मार कली कली बेटी आ उन्हें बचाला प्रभु मारे पर दया कर मार बेटी बारह सालों रिया वो मरे ने तैयार आ मिनते गिले मारे गिले चार यार उस मन्ने बड़ा धोखा यीशु मार बेटी नहीं रही एथो गुरु खेतर ना काल डर ना यकीन रख वो ठीक हो जिया। तू रो ना वो मरी नहीं आ वो तो बस सूती आ। बेटी उठ इन्हें कहीं खाए ना दियो ख्याल रख जो जो कहीं अत्ता हो कि ताओ जो ना ओले ते बाद चुंगी ले आले मती ने चुंगी ले आली थाए पर बैठे देखियो मारे पाछे आ
ਤੇ ਯਿਸੂ ਪ੍ਰਾਰਥਨਾ ਕਰੇ ਨੇ ਪਹਾੜੀ ਵਰਗੇ ਹੋ। ਜੱਤਾ ਉਹ ਸਾਰੀ ਰਾਤ ਰੱਬੇ ਅੱਗੇ ਪ੍ਰਾਰਥਨਾ ਕਰ ਤੋ ਰਿਹਾ। ਅਤੇ ਅਗਲੇ ਦਿਨ 12 ਚੇਲਿਆਂ ਨੇ ਜੀਆਂ ਕਹਿ ਕੇ ਅਤੇ ਉਹਨਾਂ ਨੇ ਥਾਪਣਾ ਦਿੱਤੀ। ਸ਼ਿਮੋਨ ਜਿਹਨੇ ਉਹ ਪਤਰਸ ਨਾਮ ਦਿਨੋ ਅਤੇ ਉਹ ਭਾਈ ਅੰਦਰਿਆਸ, ਯਾਕੂਬ, ਤੇ ਯਹੂਨਾ, ਫਿਲਿਪੁਸ ਤੇ ਬਥਲਮਈ ਤੇ ਮਤੀ, ਤੇ ਥੋਮਾ, ਯਾਕੂਬ ਹਲਵਈ ਰੂ ਬੇਟਾ, ਤੇ ਸ਼ਿਮੋਨ ਜਿਹਨੂੰ ਜਲੋਤੀ ਸੁਭਾਵਤ ਹੋ ਤੋ, ਯਹੂਦਾ ਜਿਹਨੂੰ ਯਾਕੂਬੇ ਰੂ ਭਾਈ ਤੋ, ਯਹੂਦਾ ਇਸਕਰੀਓਤੀ ਜਿਹਨੂੰ ਬੇਈਮਾਨ ਨਿਕਲਿਓ, ਧੰਨ ਹੋ ਜੋ ਤੁਸੀਂ ਗਰੀਬ ਹੋ, ਰੱਬੇ ਰਾਜ ਧਾਰੋ ਹੋਈ ਆ। ਧੰਨ ਹੋ ਜੋ ਤੁਸੀਂ ਭੁੱਖੇ ਹੋ, ਤੁਸੀਂ ਰਜਾਏ ਜੀ ਹੋ। ਧੰਨ ਹੋ ਜੋ ਤੁਸੀਂ ਰੋ ਪੜੇ, ਅੱਗੇ ਜਾ ਕੇ ਹੱਸੀ ਹੋ। ਧੰਨ ਹੋ ਤੁਸੀਂ ਜੇ ਤੈਨੇ ਘਰਿਆਂ ਨੂੰ ਬਾਹਰ ਕੱਢੇ, ਨਿੰਦਿਆ ਕਰੇ, ਮਾੜੋ ਬੋਲੇ ਅਤੇ ਮਾਰੇ ਕਰਕੇ ਲੋਕ ਤੈਨੇ ਭੈੜੋ ਕਹਵੇ, ਜੇ ਇਹ ਤਾਂ ਆਵਾਜ਼ ਤੁਸੀਂ ਖੁਸ਼ ਹੋ ਜੋ। ਹਾਂ ਕਿ ਸਵਰਗਮ ਧਾਰੇ ਵਾਸਤੇ ਬਹੁਤ ਫਲ ਆ, ਅਤੇ ਉਹਨਾਂ ਨੂੰ ਬਜ਼ੁਰਗੋਂ ਵੀ ਸੰਤੋਂ ਕੋਲ ਇਹ ਤਾਂ ਹੀ ਕਿਦੋ। ਜੋ ਕੋਈ ਧਨੀ ਨਾ ਬਣਨੋ ਚਾਹਵਾ ਉਹ ਤੇ ਕੋਈ ਪਾਗਲ ਹੀ ਹੋਈ ਆ। ਲਾਂਤ ਤਰੇ ਹੱਸੇ ਵਾਲਿਆਂ ਪਰ ਤਮੀ ਰੋਈਓ ਤੇ ਕਰ ਲਈਓ। ਸੋ ਗਜੁਣ ਤਨੇ ਝਮਲਾਵੇਂ, ਕਾ ਕਿ ਉਹਨਾਂ ਨੂੰ ਬਜ਼ੁਰਗ ਵੀ ਝੂਠੇ ਸੰਤੋਂ ਵਾਸਤੇ ਇਹ ਤਾਂ ਹੀ ਕਰਦੇ ਰਹੇ। ਪਰ ਮੈਂ ਤੈਨੇ ਕਹੂੰ ਛੂੰ, ਦੁਸ਼ਮਣੋਂ ਕੋਲੋਂ ਵੀ ਪਿਆਰ ਕਰੋ, ਨਫ਼ਰਤ ਕਰਿਆ ਵਾਲਿਆਂ ਨੂੰ ਵੀ ਭਲੋ ਕਰੋ, ਜੁਣੇ ਸਰਾਫ ਦੇ ਵੀ ਉਹਨਾਂ ਨੂੰ ਵੀ ਸੀਸੇ ਦਿਓ, ਬੁਰੋ ਕਰਿਆ ਵਾਲੇ ਵਾਸਤੇ ਵੀ ਦੁਆ ਮੰਗੋ। ਤਾਰੀ ਇੱਕ ਹੀ ਗੱਲ ਪਰ ਕੋਈ ਥੱਪੜ ਮਾਰਾ ਅਤੇ ਉਹਦੇ ਅੱਗੇ ਦੂਜਰ ਵੀ ਕਰਦਾ, ਜੇ ਕੋਈ ਤੇਰੇ ਕੋਲ ਕੋਟ ਮੰਗਾ ਤੇ ਤੂੰ ਉਹਨੇ ਆਪਣਾ ਝੱਗਾ ਵੀ ਦਿੱਤਾ, ਜੇ ਕੋਈ ਮੰਗੇ ਵਾਲੋ ਆਵਾ ਤੇ ਉਹਨੇ ਮਨਾ ਨਾ ਕਰੋ, ਜੇ ਕੋਈ ਤੇਰੇ ਕੋਲ ਚੀਜ਼ ਲੈ ਲੇਵਾ ਤੇ ਉਹਨੇ ਵਾਪਸ ਨਾ ਮੰਗੋ। ਤੂੰ ਵੀ ਇਹ ਤਾਂ ਹੀ ਕਰ ਜਿਹਦਾ ਵਿਵਹਾਰ ਤੂੰ ਲੋਕਾਂ ਪਾਲੇ ਚਾਹਵੇਂ। ਜੇ ਤੂੰ ਆਪਣੇ ਗੱਲੇ ਪਿਆਰ ਕਰਨ ਵਾਲੇ ਨੇ ਪਿਆਰ ਕਰੇਂ ਤਾਂ ਤੈਨੇ ਆਸ਼ੀਸ਼ ਕਿਹ ਤਾਂ ਮਿਲੀ ਆ, ਪਾਪੀ ਵੀ ਆਪਣੇ ਪਿਆਰ ਕਰਨ ਵਾਲੇ ਨੇ ਪਿਆਰ ਕਰਾਇਆ, ਜੇਕਰ ਤਾਰੇ ਪਰ ਕੋਈ ਭਲਾਈ ਕਰਾਇਆ ਤਾਂ ਤੂੰ ਉਹਦੇ ਭਲਾਈ ਕਰੇਂ ਤਾਂ ਤੈਨੇ ਆਸ਼ੀਸ਼ ਕਿਹ ਤਾਂ ਮਿਲੀ ਆ, ਇਹਨਾਂ ਦੇ ਪਾਪੀ ਵੀ ਕਰੇਂ। ਇਹ ਰੱਖਣਾ ਛੂਓ
ਨਹੀਂ, ਦੁਸ਼ਮਣਾਂ ਕੋਲ ਵੀ ਪਿਆਰ ਰੱਖੋ, ਉਹਨੂੰ ਰਪਲੋ ਕਰੋ, ਉਧਾਰ ਦੇ ਕੇ ਵਾਪਸੀ ਰਾਸ ਨਾ ਰੱਖੋ, ਫਿਰ ਤੁਹਾਨੂੰ ਕੋਈ ਮੋਟੋ ਫਲ ਮਿਲੀ ਆ। ਤਵੀਂ ਪਰਮ ਪ੍ਰਧਾਨ ਰੱਬੇ ਨੂੰ ਲਾ ਦਈਓ, ਉਹ ਦੁਸ਼ਟੋਂ 'ਤੇ ਵੀ ਆਸਾਨ ਨਾ ਮੰਨਣ ਵਾਲਿਆਂ ਪਰ ਵੀ ਕਿਰਪਾ ਕਰੀ ਆ, ਦਇਆਵਾਨ ਬਣ, ਜਿਹੜਾ ਤਾਰੋ ਪਰਮ ਪਿਤਾ ਦਇਆਵਾਨ ਆ। ਜੱਸੂ ਮੰਨੇ ਬਚਾਈ, ਇਲਜ਼ਾਮ ਨਾ ਲਗਾਓ, ਧਰ ਪਰਮ ਨਾਲ ਲਾ ਗਈ ਆ, ਦੋਸ਼ ਨਾ ਲਗਾਓ ਅਤੇ ਧਰ ਪਰ ਵੀ ਦੋਸ਼ ਨਹੀਂ ਲੱਗੇ ਰਹੋ, ਮਾਫ਼ ਕਰੋ ਅਤੇ ਧੰਨੇ ਵੀ ਮਾਫ਼ੀ ਮਿਲੀ ਆ। ਪ੍ਰਭੂ ਤਾਂ ਮਿਮੀ ਨੇ ਆਪਣੇ ਰਸਤਾ ਪਰ ਚਲਾਓ। ਦਿਓ ਅਤੇ ਧੰਨੇ ਵੀ ਦਿਨੋ ਜੀ ਆ, ਜਿਹੜਾ ਧਵੀ ਨਾਪ ਕੇ ਦਿਓ ਉਹਨਾਂ ਧੰਨੇ ਵੀ ਨਾਪ ਕੇ ਦਿਨੋ ਜੀ ਆ। ਆਂਦੋ ਆਂਧ ਨੇ ਰਸਤਾ ਨਹੀਂ ਦਿਖਾ ਸਕਤੋ ਆ, ਇਹ ਤਾਂ ਕਰੀਆਂ ਅਤੇ ਉਹ ਦੋਵੇਂ ਟੂਆਂ ਡਿੱਗੀਆਂ। ਆਪਣੇ ਭਾਈ ਰੱਖਣ ਕੱਖ ਕਾਹ ਦੇਖੇ ਅਤੇ ਆਪਣੀ ਅੱਖਾਂ ਤਸੀਰ ਨਹੀਂ ਦੇਖ ਸਕਤੋ ਈ। ਪ੍ਰਭੂ ਮੈਨੂੰ ਰਸਤਾ ਦਿਖਾ, ਪ੍ਰਭੂ ਮੈਨੇ ਤਾਰੀ ਲੋੜ। ਧੰਨੂ ਮਾਂ, ਜੇ ਤੈਨੇ ਜਨਮ ਦਿਨ ਤੇ ਪਾਲਿਓ ਆ। ਪਰ ਧੰਨ ਨਹੀਂ ਉਹ ਲੋਕ ਜੋ ਰੱਬ ਨੇ ਵਚਨ ਸੁਣੇ ਹੀ ਅਤੇ ਉਹਨੇ ਮੰਨੇ ਹੀ। ਮੈਂ ਬੰਦਾ ਨੂੰ ਜਾਣਨਾ ਚਾਹੂੰ, ਤਾਰੋ ਕਾਈ ਖਿਆਲ ਆ, ਉਹ ਮਸੀਹ ਆ। ਇਹ ਧਰਮ ਗੁਰੂ ਯਸ਼ੂ ਨੇ ਰਾਤੇ ਨੇ ਰੋਟੀ ਪਰ ਬੁਲਾਇਓ ਅਤੇ ਯਸ਼ੂ ਹਜੇ ਘਰਾਂ ਗਿਓ ਅਤੇ ਰੋਟੀ ਖਾਣ ਬੈਠੇ। ਚਲੋ ਜਵਾਕੋ, ਇੱਥੋਂ ਚਲੇ ਜਾਓ, ਤੁਹਾਨੂੰ ਸੁਣੇ ਹੋਣੀ, ਜਾਓ, ਬੜੇ ਹੀ ਸ਼ਰਾਰਤੀ ਹੈ ਜਵਾਕ। ਕੀ ਕਰਾਂ ਕਾਹੀਂ ਪੜੀ, ਬੰਦਾ ਕੋਈ ਸੰਤ ਹੋਤੋ ਤੇ ਜਾਣ ਲੈ ਤੋ ਕਿ ਚੁਣ ਮਨੇ ਔਰਤ ਹੱਥ ਲਗਾਵਾ ਪੜੀ ਇੱਕ ਕਸ ਹੋਈ ਆ, ਇਹ ਜਾਣ ਲੈ ਤੋ ਕਿ ਕੁਣੇ ਪਾਪੇਰ ਜ਼ਿੰਦਗੀ ਮੀ ਜੀਵਾ ਪੜੀ। ਮੈਂ ਜਾਣੂ ਸੀ ਔਰਤ ਕੌਣ ਛੇ ਸ਼ਿਮੋਨ, ਮੈਂ ਤੈਨੂੰ ਇੱਕ ਗੱਲ ਦੱਸੂ ਜੂ ਕਿ ਸੇਠਰ ਦੁਈ ਕਰਜ਼ਦਾਰ ਤੇ ਇੱਕੇ ਪਰ 500 ਤੇ ਦੂਜੇ ਪਰ 50 ਰੁਪਿਆ ਕਰਜ਼ ਤੋਂ, ਦੋਵੇਂ ਹੀ ਕਰਜ਼ ਮੋੜੇ ਗੰਜੈਸੇ ਮੂੰ ਨਹੀਂ ਤੇ ਉਹ ਦੋਵੇਂ ਹੀ ਕਰਜ਼ਾ ਮਾਫ਼ ਕਰ ਦਿੰਦੋ, ਉਹਨੇ ਜਦੋਂ ਪਿਆਰ ਕੁਣੋ ਕਰੀ ਆ। ਮਾਰੇ ਖਿਆਲੇ ਵੀ ਚਿਰ ਜ਼ਿਆਦਾ ਕਰਜ਼ਾ ਮਾਫ਼ ਹੋਇਓ ਤੂੰ ਠੀਕ ਕਿਉ, ਇਹ ਔਰਤੇ ਨੂੰ ਦੇਖੋ, ਮੈਂ ਤਾਰੇ ਘਰ ਆਇਓ ਤੂੰ ਮੈਨੂੰ ਪੈਰ ਧੋਏ ਵਾਸਤੇ ਪਾਣੀ ਵੀ ਨਹੀਂ ਦਿੰਦਾ, ਪਰ ਇਹ ਆਪਣੇ ਰੋਜ਼ੋਂ ਕਲੀ ਮਾਰੇ ਪੈਰ ਧੋ ਕੇ ਅਤੇ ਆਪਣੇ ਵਾਲੋਂ ਵੀ ਲੋਏ ਤੂੰ ਚੂਮ ਕੇ ਵੀ ਮਾਰੋ ਜੀ ਆਇਆ ਨਹੀਂ ਕਿੱਦੋ, ਪਰ ਜਦਰ ਮੈਂ ਆਇਆ ਛੂੰ ਇਹ ਮਾਰੇ ਪੈਰ ਚੁੰਮਣੇ ਨਹੀਂ ਮਿਲੇ, ਤੂੰ ਮਾਰੇ ਮਾਥੇ ਪਰ ਤੇਲੀ ਵੀ ਨਹੀਂ ਲਗਾਇਓ ਅਤੇ ਇਹ ਮਾਰੇ ਪੈਰੋਂ ਪਰ ਅਦਰ ਡੋਲਾ ਬੜੀ। ਮੈਂ ਤੈਨੂੰ ਕਹੂੰ ਜੂ ਇਹ ਔਰਤੇ ਦੇ ਪਿਆਰ ਹੀ ਸਾਬਤ ਕਰਾਇਆ ਕਿ ਜਿਹਨੂੰ ਇਹਦੇ ਜ਼ਿਆਦਾ ਪਾਪ ਤੇ ਉਹ ਮਾਫ਼ ਹੋਏ, ਪਰ ਜਿਹਨੇ ਥੋੜ੍ਹੀ ਮਾਫ਼ੀ ਮਿਲੀ ਉਹ ਥੋੜ੍ਹਾ ਹੀ ਪਿਆਰ ਕਰੀ ਆ। ਤਾਰੇ ਪਾਪ ਮਾਫ਼ ਹੋਏ, ਤਰ ਯਕੀਨ ਤੈਨੂੰ ਬਚਾ ਲੈ ਦੋ, ਸ਼ਾਂਤੀ ਕੇ ਲੈ ਜੋ। ਪ੍ਰਭੂ ਯਸ਼ੂ ਜਗ੍ਹਾ ਜਗ੍ਹਾ ਰੱਬੇ ਨੂੰ ਰਾਜੇ ਨੂੰ ਸ਼ੁਭ ਸਮਾਚਾਰ ਦੇ ਤੋਰਿਓ, ਉਹਦੇ ਗੱਲੇ 'ਤੇ 12 ਚੇਲਾ ਅਤੇ ਦੁਸ਼ਟ ਆਤਮਾ ਵਾਲੇ ਛਡਾਈ ਗਈ ਕੁਛ ਔਰਤਾਂ, ਮਰੀਅਮ ਜਿਹਨੂੰ ਮਦਗਲੀਨੀ ਕਹਾਵਤੀ ਤੀ, ਜੁਆਨਾ ਜਿਹਨੂੰ ਪਤੀ ਖੂਜਾ ਹੈਰੋਦਿਸੇ ਦਰਬਾਰੇ ਉਹਨੂੰ ਭੰਡਾਰੀ ਤੋਂ, ਅਤੇ ਸੁਸੰਨਾ
ਗਲੀਲੇ ਦੇ ਰਾਜਾ ਹੈਰੋਦੇਸ ਨੇ ਯੂਹੰਨਾ ਬਪਤਿਸਮਾ ਦੇਣੇ ਨੇ ਜੇਲੇ ਮਨ ਬੰਦ ਕਰਵਾ ਦੇਣੋ ਅਤੇ ਕਾ ਕਿ ਉਹ ਆਪਣੀ ਭਾਬੀ ਕੋਲੇ ਵਿਆਹ ਕਰਵਾਏ ਤੋ ਅਤੇ ਯੂਹੰਨਾ ਨੇ ਉਹ ਵਿਰੋਧ ਕੀਤਾ ਤੋ ਬੋਲ ਜਿਹਦੇ ਮੰਮੀ ਨਾਨ ਵੀ ਦਰਵਾਜ਼ਾ ਪਰ ਪਹੁੰਚੇ ਉਹਦੇ ਲੋਕ ਇੱਕੋ ਆਥੀ ਲੈ ਕੇ ਜਾ ਰਹੇ ਤੇ ਮਰੇ ਉਹ ਲੜਕਾ 21 ਵਿਧਵਾਰ ਕੱਲੋ ਕੱਲੋ ਬੇਟਾ ਤੋ ਜਿਹਦੇ ਜਸੂ ਉਹ ਵਿਧਵਾ ਵਾਲੀ ਦੇਖਿਓ ਅਤੇ ਉਹਦਾ ਦਿਲ ਤਰਸੇ ਕੇ ਭਰ ਗਿਓ ਔਰ ਪਰੇ ਕਫਨ ਤਾਰਿਓ ਅਤੇ ਕਿਉਂ ਉਹ ਨੌਜਵਾਨ ਮੈਂ ਤੈਨੂੰ ਕਹੂੰ ਛੂੰ ਉੱਠ ਅਤੇ ਮਰੇ ਹੋਏ ਲੜਕਾ ਉੱਠ ਕੇ ਖੜੋ ਹੋ ਗਿਓ ਅਤੇ ਯਸ਼ੂ ਉਹਦੀ ਮਾਇਨ ਉਹਨੇ ਦੇ ਦੇਣਾ ਉਹਨੇ ਪੁੱਛ ਕਿ ਤੂੰ ਉਹੀ ਸੀ ਜਿਹੜੇ ਆਇਰ ਬਾਰੇ ਮੈਂ ਯੂਹੰਨਾ ਪ੍ਰਚਾਰ ਕੇ ਦੋ ਜਾਂ ਫਿਰ ਮੰਮੀ ਕੀ ਹੋ ਰਿਹਾ ਆਇਰ ਉਡੀਕ ਕਰਾਂ ਗੁਰੂ ਜੀ ਗੁਰੂ ਜੀ ਯੂਹੰਨਾ ਬਪਤਿਸਮਾ ਦੇਣ ਵਾਲੇ ਮੈਨੂੰ ਇਹ ਪੁੱਛੇ ਵਾਸਤੇ ਕੱਲਿਓ ਵਾ ਕਿ ਤੂੰ ਉਹੀ ਸੀ ਜੋ ਆਇਆ ਲੋ ਤੋ ਜਾਂ ਫਿਰ ਮੰਮੀ ਕੀ ਹੋ ਰਿਹਾ ਆਇਆ ਉਡੀਕ ਕਰਾਂ ਜੋ ਕਹੀਂ ਤੂੰ ਦੇਖਿਓ ਤੇ ਸੁਣਿਓ ਜਾ ਕੇ ਯੂਹੰਨਾ ਨੇ ਕਹਿ ਆਂਦੇ ਦੇਖ ਸਕੇ ਲੰਗੜੇ ਤੁਰ ਪੜੇ ਧਨ ਨਹੀਂ ਉਹ ਲੋਕ ਜੋ ਨੰਬਰ ਪਰ ਸ਼ੱਕ ਨਹੀਂ ਕਰਤੇ ਮਿੰਤੇ ਗਲ ਮਨੇ ਉੱਪਰ ਚੁੱਕ ਲਾ ਅੱਜ ਮਾਰੇ ਮੋਢਾ ਪਰ ਆਵਾ ਮੈਂ ਯਸ਼ੂ ਦੇਖ ਸਕੂੰ ਯੂ ਇੱਕੋ ਬੀਜ ਬੀਜੇ ਲੋ ਬੀਜ ਬੀਜੇ ਨਿਕਲਿਓ ਬੀਜ ਬੀਜਦੇ ਹੋਏ ਕਾਂ ਬੀਜ ਰਸਤਾ ਸਾਈਡੋਂ ਵੀ ਡਿੱਗਿਓ ਅਤੇ ਮਿੱਧੇ ਗਿਓ ਅਤੇ ਪੰਛੀ ਆ ਕੇ ਚੁਗਲੇ ਦਿਓ ਕਾਂ ਪੱਕੀ ਜਗ੍ਹਾ ਪਰ ਡਿੱਗ ਪੜੇ ਜਦੇ ਉਹ ਉੱਗੇ ਅਤੇ ਪਾਣੀ ਨਾ ਮਿਲੇ ਕਰਕੇ ਉਹ ਸਾਰੇ ਕੰਮ ਲਾ ਗਏ ਅਤੇ ਕਾਂ ਝਾੜੀਆਂ ਮੁਣ ਜਾ ਡਿੱਗਿਓ ਅਤੇ ਝਾੜੀਆਂ ਔਰ ਗਿੱਲੇ ਗਿੱਲੇ ਵਧੀ ਅਤੇ ਉਹਨਾਂ ਨੂੰ ਦਬਾ ਦਿਨੋ ਪਰ ਕਾਂ ਬੀਜ ਚੰਗੀ ਜਗ੍ਹਾ ਪਰ ਡਿੱਗਿਓ ਸਾਰੇ ਪੌਦਾ ਉੱਗੇ ਅਤੇ ਫਲ ਦਿਨੋ ਹਰੇਕ ਨੇ 100 ਗੁਣਾ ਗੁਰੂ ਜੀ ਜਿਹਦੇ ਇੰਨੀ ਭੀੜ ਹੋਵੇ ਤਾਂ ਇੱਕ ਮਾਫਰਾ ਕਿਆ ਗੱਲ ਕਰੋ ਰੱਬਿਰ ਰਾਜਰ ਖੋਜਰ ਗਿਆਨ ਤਾਂ ਨਿਦੰਨੇ ਗਿਓ ਆ ਪਰ ਦੂਜੇ ਨੇ ਕੋ ਮਾਫਰਾ ਕੀ ਦੱਸਿਆ ਜਾਵਾ ਆ ਪਰ ਉਹ ਦੇਖਦੇ ਹੋਏ ਵੀ ਨਹੀਂ ਦੇਖ ਸਕਦੇ ਹੀ ਪਰ ਸੁਣਦੇ ਵੀ ਨਹੀਂ ਸਮਝ ਸਕਦੇ ਹੀ ਇਹ ਗੱਲਰ ਮਤਲਬ ਇਹ ਆ ਇਹ ਬੀਜ ਰੱਬਰ ਵਚਨ ਆ ਰਾਏ ਪਰ ਡਿੱਗੋ ਬੀਜ ਇਹ ਗੱਲਾਂ ਸਮਝਾਵਾਇਆ ਜੋ ਰੱਬਰ ਵਚਨ ਸੁਣੇ ਹੀ ਪਰ ਕਾਲ ਆ ਕੇ ਉਹਨਾਂ ਨੂੰ ਮਨੋ ਮਾਲੇ ਰੱਬਰ ਵਚਨ ਕਾਢ ਲਿਵਾਇਆ ਤਾਂ ਕਿ ਯਕੀਨ ਕਰਕੇ ਉਹਨਾਂ ਨੂੰ ਮੁਕਤੀ ਨਾ ਮਿਲ ਜਾਵਾ ਪੱਕੀ ਜ਼ਮੀਨ ਪਰ ਡਿੱਗੋ ਬੀਜ ਉਹ ਗੱਲਾਂ ਸਮਝਾਵਾਇਆ ਜੋ ਰੱਬਰ ਵਚਨ ਸੁਣ ਕੇ ਖੁਸ਼ੀ ਗੱਲ ਮੰਨ ਲਵੇਂ ਪਰ ਜੜ ਨਹੀਂ ਪਕੜ ਤੋ ਆ ਉਹ ਥੋੜ੍ਹਾ ਹੀ ਚਿਰ ਯਕੀਨ ਕਰੇਂ ਪਰ ਪ੍ਰੀਖਿਅਰ ਸਮੂਹ ਆਏ ਪਰ ਟਿਕ ਨਹੀਂ ਸਕਦੇ ਝਾੜੀਆਂ ਮੰਡੀ ਕੋਈ ਬੀਜ ਉਹ ਗੱਲਾਂ ਦੱਸੀ ਜਿਹਨੇ ਵਚਨ ਸੁਣੇ ਪਰ ਜ਼ਿੰਦਗੀ ਰਚਿੰਤਾ ਧਨ ਮੋਹ ਅਤੇ ਭੋਗ ਵਿਲਾਸੇ ਨੂੰ ਫਸ ਕੇ ਉਹਨਾਂ ਦੇ ਫਲ ਕਦੇ ਨਹੀਂ ਪੱਕਦੇ ਹੀ ਉਹ ਬੀਜ ਜਿਹਨੂੰ ਚੰਗੀ ਜ਼ਮੀਨੀ ਪਰ ਡਿੱਗਿਓ ਉਹ ਲੋਕੋ ਤਰ੍ਹਾਂ ਹੀ ਜਿਹਨੂੰ ਵਚਨ ਸੁਣ ਕੇ ਅਤੇ ਆਗਿਆ ਕਰੀ ਦਿਲੇ ਗੱਲ ਮੰਨ ਲਵੇਂ ਅਤੇ ਫਲਵੰਤ ਹੋਏ ਤੱਕ ਉਹਨਾਂ ਨੂੰ ਸੰਭਾਲ ਕੇ ਰੱਖੀ ਦੀਵੋ ਜਗਾ ਕੇ ਕੋਈ ਭਾਂਡੇ ਥੱਲੇ ਨਹੀਂ ਧਰਤੋ ਆ ਅਤੇ ਨਾ ਹੀ ਖਾਟੇ ਥੱਲੇ ਧਰ ਆਇਆ ਅਤੇ ਸਗੋਂ ਉਹਨੇ ਕੰਧੇ ਪਰ ਧਰ ਆਇਆ ਤਾਂ ਕਿ ਅੰਦਰ ਆਇਆ ਲੈਣ ਉਹਦੇ ਰੋਸ਼ਨੀ ਮਿਲ ਸਕਾ ਜੋ ਕਈ ਲੁਕੇ ਉਹਨੇ ਬਾਹਰ ਲੈ ਜੀ ਆ ਜਿਹਨੂੰ ਗਮੇ ਉਹਨੇ ਲਾਭ ਕੇ ਰੋਸ਼ਨੀ ਮੈਨੂੰ ਲੈ ਜੀ ਆ ਇਹਦੇ ਕਰਕੇ ਤੁਸੀਂ ਚਕੰਨਾ ਹੋ ਜਾਓ ਤੁਸੀਂ ਕਿਹਦਾ ਸੁਣੋ ਜੋ ਕਿਉਂਕਿ ਜਿਹੜੇ ਪਣ ਛਾਇਆ ਉਹਨੇ ਹੋਰ ਦਿਨ ਹੋ ਜੀ ਆ ਕਿਉਂਕਿ ਜਿਹੜੇ ਪਣ ਨਹੀਂ ਆ ਉਹਦੇ ਪਹਿਲੇ ਉਹ ਵੀ ਲੈ ਲੈਦੇ ਹੋ ਜੀ ਆ ਜਿਹਨੂੰ ਉਰਪ ਨੂੰ ਛਾ ਗੁਰੂ ਜੀ ਤਾਰ ਮਾਂ ਅਤੇ ਤਾਰ ਭਾਈ ਬਾਹਰ ਖੜ੍ਹੇ ਤੈਨੇ ਮਿਲੇ ਨਾ ਆਏ ਮਰ ਮਾਂ ਅਤੇ ਮਰ ਭਾਈ ਉਹ ਛੀ ਜੋ ਰੱਬਰ ਵਚਨ ਸੁਣੇ ਅਤੇ ਮੰਨੇ
ਇੱਕੇ ਦਿਨ ਪ੍ਰਭੂ ਯਿਸੂ ਆਪਣੇ ਚੇਲਾਂ ਗੱਲੇ ਅਤੇ ਇੱਕ ਹੀ ਬੇੜੀ ਪਰ ਬੈਠੇ ਅਤੇ ਉਹਨਾਂ ਨੇ ਕਿਹਾ, ਆਓ ਆਪਾਂ ਝੀਲੇ 'ਚ ਪਾਰ ਚਾਲਾਂ। ਬੇੜੀ ਚਾਲਤੀ ਗਈ ਅਤੇ ਯਿਸੂ ਸੋ ਗਿਓ। ਚੋਵਾਂ ਪੜੇ ਮਨੇ ਲੈ ਰਹੇ ਘਰੇ ਬਣੀ ਮੰਮੀ ਡੂਬ ਜੀਆਂ ਮਨੇ ਬਚਾ ਗੁਰੂ ਜੀ। ਕਿਵੇਂ ਕਿਉਂ ਤਾਰੋ ਯਕੀਨ ਤੇ ਉਹ ਗਰਾਸਨੀਓ ਜੇ ਦੇਸ਼ ਪਹੁੰਚੇ ਜਿਹਨੂੰ ਝੀਲੇ ਚ ਪਾਰ ਗਲੀਲੇ ਚ ਸਾਹਮਣੇ ਤੋਂ ਯਸੂ ਪਰਨ ਪ੍ਰਧਾਨ ਰੱਬੇ ਦਾ ਬੇਟਾ ਤੂੰ ਮਾਰੇ ਪਾਲੇ ਕਾਈ ਲੈਵੇਂ ਜੀ। ਮੈਂ ਤਾਰੇ ਅੱਗੇ ਮਿਹਨਤ ਕਰੂੰ ਮਨੇ ਡੰਡ ਨਾ ਦਾ ਤਾਰੋ ਨਾਮ ਕਾਈ ਆ ਸੈਨਾ ਪ੍ਰਭੂ ਮੈਂ ਮਿਹਨਤ ਕਰਾਇਆ ਮਨੇ ਨਰਕ ਕੁੰਡ ਮੈਂ ਨਾ ਘਲੀ ਪਾਰੋ ਸੂਰ ਕੇ ਝੁੰਡੇ ਮੈਨੂੰ ਘਲਦਾ ਹੇ ਪਾਛੇ ਮੁੜੋ ਫੇ ਰੁਕੋ ਫੇ ਰੁਕੋ। ਤੇ ਭੂਤ ਪ੍ਰੇਤ ਉਹਦੇ ਮਾਲੇ ਨਿਕਲ ਕੇ ਆ ਜਾਓ ਇੱਥੋਂ ਚਲੇ ਜਾਓ। ਉਹ ਜਾਦੂਗਰ ਮੰਨੇ ਮੇਲ ਦਾ ਇੱਥੋਂ ਦੇ ਦੂਰ ਚਲੇ ਜਾਓ ਮੰਨੇ ਮੇਲ ਦਾ ਇੱਥੋਂ ਚਲੇ ਜਾਓ। ਤਾਂ ਮੈਂ ਜਿੱਥੇ ਜਾਈਓ ਮੈਂ ਤੁਹਾਡੇ ਗੱਲੇ ਚਾਲੀ ਹੂੰ ਮੰਨੇ ਆਪਣੇ ਗੱਲੇ ਆਏ ਦਾ ਘਰੇ ਚਲੇ ਜਾਓ ਰੱਬ ਨੇ ਜੋ ਕਿੱਦੋ ਆ ਉਹ ਦੱਸ। ਪ੍ਰਭੂ ਯਿਸੂ ਅਤੇ ਉਹ ਚੇਲਾ ਭੀੜੇ ਭਾਲੇ ਅਲੱਗ ਹੋਏ ਵਾਸਤੇ ਬੈਤਸਿਦਾ ਪਹੁੰਚੇ। ਪਰ ਭੀੜੇ ਨੇ ਪਤੋ ਲੱਗ ਗਏ ਅਤੇ ਉਹ ਸਾਰੀ ਪ੍ਰਭੂ ਦੇ ਪਾਛੇ ਲੱਗ ਪੜੀ। ਸ਼ਾਮੇ ਨੇ ਪਤਰਸ ਉਹਨੇ ਕਿਹਾ, ਗੁਰੂ ਜੀ
ਇਹਨਾਂ ਲੋਕਾਂ ਨੇ ਘੱਲਦਾ ਅਤੇ ਆਲੇ ਦੁਆਲੇ ਆਪਣੇ ਗਾਮੋਂ ਅਤੇ ਸ਼ਹਿਰੋਂ ਵੀ ਜਾ ਕੇ ਆਪਣੇ ਵਾਸਤੇ ਰੋਟੀ ਅਤੇ ਰਹਿ ਵਾਸਤੇ ਜਗ੍ਹਾ ਲੱਭ ਲੈਵੇ। ਇਹ ਇੱਕ ਸੁਨਸਾਨ ਥਾਂ ਛਾ। ਤਵੀਂ ਆਪ ਹੀ ਇਹਨਾਂ ਦੀ ਰੋਟੀ ਦਾ ਇੰਤਜ਼ਾਮ ਕਰੋ। ਪਰ ਮਾਰੇ ਪੀਓ ਪੰਜ ਰੋਟੀ ਅਤੇ ਦੂਈ ਮੱਛੀ ਸੀ। ਧੰਨ ਹੀ ਤੂੰ ਪ੍ਰਭੂ ਰੱਬ ਇਹ ਜਗ ਤੇਰਾ ਮਾਲਕ ਜੋ ਤੂੰ ਧਰਤੀ ਪਰ ਅੰਨ ਉਗਾਵੇ। ਲੋਕ ਮਾਰੇ ਬਾਰੇ ਹੁਣ ਕਈ ਕਿਵੇਂ? ਕਈ ਤਾਂ ਨੇ ਯਹੂਨਾ ਬਪਤਿਸਮਾ ਦੇ ਵਾਲੋ ਕਿਵੇਂ, ਅਤੇ ਕੋਈ ਤਾਂ ਨੇ ਏਲੀਆ ਵੀ ਕਿਵੇਂ, ਅਤੇ ਕਈਓ ਤਾਂ ਇਹ ਵੀ ਕਹਿਣੋ ਆ ਕਿ ਈ ਕੋਈ ਪੁਰਾਣੋ ਸੰਤ ਫਿਰ ਜੀ ਉੱਠਿਓ ਵਾ। ਤੂੰ ਕਈ ਕਿਵੇਂ? ਤੂੰ ਦੱਸ ਕੌਣ ਹੂੰ ਮੈਂ? ਤੂੰ ਰੱਬੇ ਰੋ ਮਸੀਹ ਛੀ। ਤੂੰ ਇਹ ਗੱਲ ਕਿੰਨੇ ਵੀ ਨਾ ਕਹੀਂ, ਮਾਰੇ ਵਾਸਤੇ ਜ਼ਰੂਰੀ ਆ ਕਿ ਮੈਂ ਦੁੱਖ ਚੱਲੂੰ ਅਤੇ ਬੇਚਤ ਹੋਊਂ ਅਤੇ ਜਾਨੇ ਤਾਂ ਮਾਰ ਦਿਨੋਂ ਜਾਊਂ ਪਰ ਤੀਜੇ ਦਿਨ ਮੁਰਦਾ ਮਲੇ ਜੀ ਉੱਠੂੰ। ਕਈ ਧਾਰੇ ਮਾਲੇ ਮਾਰੇ ਗਲੇ ਕੋਈ ਆਈ ਆ? ਮੈਂ ਤਾਰੇ ਪਾਸੇ ਚਾਲੀ ਹਾਂ ਗੁਰੂ ਜੀ, ਪਰ ਪਹਿਲੇ ਮੈਂ ਜਾ ਕੇ ਆਪਣੇ ਘਰ ਵੱਲ ਜਾ ਕੇ ਪੁੱਛ ਲੂੰ। ਜੋ ਕੋਈ ਹਾਲੇ ਭਰਾ ਧਰ ਕੇ ਮੰਗਰ ਦੇਖਾ ਉਹ ਰੱਬੇ ਰਾਜਰ ਯੋਗ ਨਹੀਂ ਆ, ਅਤੇ ਜੇ ਕੋਈ ਵੀ ਇਨਸਾਨ ਚੱਲਣਾ ਚਾਹਵਾ ਤਾਂ ਉਹ ਆਪਣੇ ਆਪ ਨਾ ਕਰਾ ਅਤੇ ਰੋਜ਼ੇ ਆਪਣਾ ਸਲੀਬ ਚੁੱਕ ਕੇ ਮਾਰੇ ਮੰਗਰ ਹੋ ਲੇਵਾ। ਪਰ ਜੇ ਕੋਈ ਆਪਣੀ ਜਾਨ ਬਚਾਉਣਾ ਚਾਹੀਆ ਉਹ ਉਹਨੇ ਗਵਾ ਦੀ ਆ, ਪਰ ਜੇ ਕੋਈ ਮਾਰੇ ਵਾਸਤੇ ਜਾਨ ਗਵਾਈ ਆ ਉਹ ਉਹਨੇ ਬਚਾਈ ਆ। ਪਰ ਜੇ ਬੰਦਾ ਸਾਰੀ ਦੁਨੀਆਂ ਨੂੰ ਪ੍ਰਾਪਤ ਕਰਕੇ ਆਪਣ ਜਾਨ ਗਵਾ ਦੇਵਾ ਤਾਂ ਕਾਂਈ ਫਾਇਦੋ, ਜੇ ਕੋਈ ਮਾਰੇ ਪਾਲੇ ਅਤੇ ਮਾਰੀ ਸ਼ਿਕਸ਼ਾ ਪਾਲੇ ਸ਼ਰਮਾ ਵਾਇਆ। ਮੈਂ ਵੀ ਆਪਣੀ ਅਤੇ ਆਪਣੇ ਪਿਤਾ ਅਤੇ ਸਵਰਗ ਦੇ ਉੱਤੋਂ ਮਹਿਮਾ ਗਿਲੇ ਜਦੇ ਅਈਓ ਅਤੇ ਉਹਨੂੰ ਪਾਲੇ ਸ਼ਰਮਾਈਓ। ਸੱਚ ਕਹੂੰ ਛੂੰ ਅੱਤਾ ਕਹੀਂ ਅਸੀਂ ਵੀ ਸੀ, ਜਦ ਤੱਕ ਰੱਬੇ ਰਾਜ ਨਾ ਦੇਖ ਲਵੇ ਉਹ ਮੌਤੇ ਨਾ ਦੇਖ ਸਕੇ ਰੋ। ਅਤੇ ਫਿਰ ਪ੍ਰਭੂ ਯੇਸ਼ੂ ਯਹੂਨਾ ਯਾਕੂਬ ਅਤੇ ਪਤਰਸ ਅਗਲੇ ਇੱਕ ਪਹਾੜੇ ਪਰ ਪ੍ਰਾਰਥਨਾ ਕਰਨਗੇ। ਉਹ
ਤੇ ਪ੍ਰਾਰਥਨਾ ਕਰੀ ਇੱਕ ਵਕਤ ਉਹਦੇ ਚਿਹਰੇ ਦਾ ਰੂਪ ਬਦਲ ਗਿਓ ਅਤੇ ਉਹ ਕੱਪੜਾ ਚਿੱਟੇ ਹੋ ਕੇ ਚਮਕਣ ਲੱਗ ਪੜੇ। ਅਚਾਨਕ ਸਵਰਗੇ ਦੀ ਮਹਿਮਾ ਗਲੇ ਭਰਪੂਰ ਸੰਤ ਮੂਸਾ ਅਤੇ ਏਲੀਆ ਪ੍ਰਭੂ ਯੇਸ਼ੂ ਗਲੇ ਗੱਲਾਂ ਕਰਨ ਲੱਗ ਗਏ। ਤੇ ਤੂੰ ਰੱਬੇ ਦੇ ਕੰਮ ਪੂਰੋ ਕਰੀ ਸੀ, ਤਾਰ ਮੌਤ ਯਰੂਸ਼ਲਮ ਐਵੇਂ ਹੀ ਹੋਈ ਆ। ਜਾਤੇ ਸਮੇਂ ਪਤਰਸ ਨੇ ਪ੍ਰਭੂ ਯੇਸ਼ੂ ਨੇ ਕਿਹਾ, ਗੁਰੂ ਜੀ ਇਹ ਕਿੰਨਾ ਸੋਹਣਾ ਆ, ਜਿਹਨੂੰ ਮੈਂ ਵੀ ਅੱਤਾ ਆ, ਮੈਂ ਵੀ 3 ਤੰਬੂ ਬਣਾਈਆਂ, ਇੱਕ ਉਤਾਰੇ ਵਾਸਤੇ ਪਤਰਸ ਹੀ ਕਹਿ ਰਹੇ ਹੋ ਤੇ ਬਦਲੋਂ ਉਹਨਾਂ ਨੂੰ ਘੇਰ ਲੈ ਦੋ, ਏਲੀਆ ਵਾਸਤੇ ਤੇ ਚੇਲਾ ਡਰ ਗਏ ਤੇ ਬਦਲੋਂ ਤੇ ਆਵਾਜ਼ ਆਈ, ਈ ਮਾਰੋ ਬੇਟਾ ਆ ਜਿਹਨੇ ਮੈਂ ਚੁਣਿਓ ਆ, ਇਹ ਸੁਣੋ। ਗੁਰੂ ਜੀ, ਗੁਰੂ ਜੀ ਮਿੰਤੇ ਗਲੇ ਮਾਰੇ ਬੇਟਿਆਂ ਨੂੰ ਦੇਖ, ਦਇਆ ਕਰਕੇ ਇਹ ਮਦਦ ਕਰ, ਇਹ ਮਾਰਾ ਇਕੱਲੋ ਇਕੱਲੋ ਹੀ ਬੇਟਾ ਆ, ਮੈਂ ਤਾਂ ਚੇਲਾ ਨੇ ਭੂਤ ਕੱਢ ਵਾਸਤੇ ਮਿੰਤ ਕੀਤੀ ਸੀ ਪਰ ਉਹ ਇੰਨੇ ਨਹੀਂ ਕਾਢ ਸਕੇ। ਇਹ ਬੇਜਕੀਨਾ ਤਾਂ ਢੀਠ ਲੋਕੋ, ਮੈਂ ਤੁਹਾਡੇ ਕੋਲ ਕਿੱਥੋਂ ਤੱਕ ਰਹੀ ਹਾਂ ਜੋ ਤੁਹਾਨੂੰ ਜਰ ਤੋਂ ਰਹੀ ਹਾਂ, ਆਪਣੇ ਬੇਟਾ ਨੱਥਾ ਲਿਆ ਮੰਨੇ ਪ੍ਰਾਰਥਨਾ ਕਰਨੀ ਸਿਖਾ ਜਿਹੜਾ ਯਹੂਦਾ ਆਪਣੇ ਚੇਲਾ ਨੇ ਸਿਖਾਈ ਤੀ। ਤੁਸੀਂ ਇਹ ਤਾਂ ਪ੍ਰਾਰਥਨਾ ਕਰੋ, ਹੇ ਮਾਰਾ ਬਾਪ ਜੋ ਤੂੰ ਸਵਰਗੇ ਮਣ ਛੀ, ਤਾਰੋ ਨਾਮ ਪਵਿੱਤਰ ਮੰਨੇ ਜਾਵਾ, ਤਾਰੋ ਰਾਜ ਆਵਾ, ਜਿਹੜਾ ਤਾਰ ਮਰਜ਼ੀ ਸਵਰਗ ਨੂੰ ਹੋਵਾਇਆ ਉਹਨਾਂ ਧਰਤੀ ਪਰ ਪੂਰ ਹੋਵਾ, ਮਾਰੇ ਰੋਜੇ ਰੋਟੀ ਆਜ ਮੰਨੇ ਦਾ, ਮਾਰੇ ਗੁਨਾਹ ਮੰਨੇ ਮਾਫ਼ ਕਰ, ਜੇ ਤਾਂ ਮਈ ਆਪਣੇ ਗੁਨਾਹਗਾਰੋਂ ਨੇ ਮਾਫ਼ ਕਿਦੋ ਆ, ਮੰਨੇ ਪਰਤਾਵਾ ਮੰਨਾ ਲਿਆ, ਸਗੋਂ ਮਾਰੀ ਬੁਰਾਈਓ ਤੋਂ ਮੰਨੇ ਬਚਾ। ਮੰਗੋ ਤੇ ਧੰਨੇ ਦਿਨੋ ਜੀ ਆ, ਲੱਭੋ ਤੇ ਧੰਨੇ ਮਿਲ ਜੀ ਆ, ਖੜਕਾਓ ਤੇ ਧਾਰੇ ਵਾਸਤੇ ਦਰਵਾਜ਼ਾ ਖੋਲ੍ਹੇ ਜੀ ਆ, ਕਿਉਂਕਿ ਜਿਹਨੂੰ ਮੰਗਾ ਆ ਉਹਨੇ ਦਿਨੋ ਜਾਵਾ ਆ, ਜਿਹਨੂੰ ਲੱਭ ਆਇਆ ਉਹਨੇ ਮਿਲ ਜਾਵਾ ਆ, ਜੋ ਖੜਕਾਵਾ ਆ ਉਹਦੇ ਵਾਸਤੇ ਦਰਵਾਜ਼ਾ ਖੋਲ੍ਹੇ ਜਾਵਾ ਆ। ਧਾਰੇ ਮਾਲੋ ਕਣੋ ਬਾਪ ਹੋਈਆ ਜੋ ਆਪਣੇ ਬੇਟਾ ਨੇ ਰੋਟੀ ਮੰਗਾ ਤੇ ਉਹਨੇ ਪੱਥਰ ਦੇਵਾ, ਜਾਂ ਪਾਣੀ ਮੰਗਾ ਤੇ ਉਹਨੇ ਜ਼ਹਿਰ ਦੇਵਾ, ਜਦੇ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗ ਚੀਜ਼ ਦੇ ਸਕੋ ਜੋ, ਤੇ ਧਾਰੋ ਪਰਮ ਪਿਤਾ ਰੱਬ ਜੇ ਤੁਸੀਂ ਮੰਗੋ
ਤੇ ਉਹ ਤੈਨੂੰ ਪਵਿੱਤਰ ਆਤਮਾ ਕਿਤੇ ਨਾ ਦੇਵਾ। ਮੈਂ ਦੱਸੂ, ਆਪਣੇ ਪ੍ਰਾਣ ਨੂੰ ਚਿੰਤਾ ਨਾ ਕਰੋ ਕਿ ਮੈਂ ਵੀ ਕਾਈ ਖਾਈਆਂ ਅਤੇ ਨਾ ਹੀ ਆਪਣੇ ਸਰੀਰ ਕਿ ਮੈਂ ਕਾਈ ਘਾਲੀਆਂ, ਕਿਉਂਕਿ ਪ੍ਰਾਣ ਖਾਏ ਤਾਂ ਵੱਧ ਕੇ ਆ ਅਤੇ ਸਰੀਰ ਕੱਪੜਾ ਤਾਂ ਵੱਧ ਕੇ। ਪੰਛੀਓ ਪਰ ਧਿਆਨ ਦਿਓ, ਉਹ ਨਾ ਕਹੀਂ ਬੀਜੇ ਹੀ, ਨਾ ਵਾਢੇ ਹੀ ਅਤੇ ਨਾ ਹੀ ਉਹਨਾਂ ਨੂੰ ਕੋਈ ਭੰਡਾਰ ਹੀ, ਫਿਰ ਵੀ ਰੱਬ ਉਹਨਾਂ ਨੂੰ ਖਰਾਵਾ ਆ। ਪਰ ਧਵੀ ਅਤੇ ਪੰਛੀ ਤੁਲਨਾ ਹੁਣ ਕਈ ਗੁਣਾ ਵੱਧ ਕੇ ਹੋ। ਧਾਰੇ ਮਲ ਉਹ ਕੁਣੋ ਆ ਜਿਹਨੂੰ ਚਿੰਤਾ ਕਰਕੇ ਆਪਣੀ ਉਮਰ ਵਧਾ ਸਕਾ ਆ। ਜੇ ਧਵੀ ਨਿਕਲ ਤੁਸੀਂ ਕਾਮ ਹੀ ਨਹੀਂ ਕਰ ਸਕਦੇ ਅਤੇ ਬਾਕੀ ਚਿੰਤਾ ਕਾਹ ਕਰੋ। ਇਹ ਫੁੱਲ ਨੂੰ ਦੇਖੋ ਕਿਹ ਤਰ੍ਹਾਂ ਵਧੇ ਹੀ, ਉਹ ਕਿਹ ਤਰ੍ਹਾਂ ਮਿਹਨਤ ਨਹੀਂ ਕਰਦੇ ਹੀ। ਰਾਜਾ ਸੁਲੇਮਾਨ, ਇਹਨੂੰ ਰੱਖ ਕਰ ਕਿਹ ਤਰ੍ਹਾਂ ਵੀ ਚੰਗੇ ਕੱਪੜਾ ਨਾ ਘਾਲ ਸਕਿਓ। ਜੇ ਤਾਂ ਰੱਬ ਧਰਤੀ ਪਰ ਘਾਇਨ ਸਜਾ ਤੋ ਜਿਹਨੂੰ ਆਜ ਆ ਅਤੇ ਕੱਲ੍ਹ ਨੂੰ ਬਾਲੀ ਜੀ ਆ, ਅਤੇ ਯਕੀਨਨ ਉਹ ਧੰਨੇ ਵੀ ਕੱਪੜਾ ਘਲਾਈਆ। ਹੇ ਬੇਵਿਸ਼ਵਾਸੀਓ, ਮਾਰੀ ਯਕੀਨੇ ਨੇ ਵਧਾਓ। ਜੇ ਧਰ ਵਿਸ਼ਵਾਸ ਰਾਹੀ ਰਦਾਣਾ ਰੀ ਬਰਾਬਰ ਹੋ ਤੋ ਤੇ ਧਵੀ ਤੇ ਇਹ ਦਰਖਤ ਨੇ ਧਵੀ ਕਹਿਤੇ ਕਿ ਜੜੇ ਤੋਂ ਉਖੜ ਕੇ ਸਮੁੰਦਰੇ ਵਿੱਚ ਜਾ ਕੇ ਲਾਗ ਜਾਓ ਤੇ ਇਹ ਧਾਰ ਗੱਲ ਮੰਨ ਲਿੱਤੋ। ਪਾਪਿਓ ਨੂੰ ਪੜੇ ਵਾਸਤੇ ਪ੍ਰੀਖਿਆ ਲਾਜ਼ਮੀ ਆਵਾ ਆ, ਪਰ ਅਫਸੋਸ ਜਿਹੜੇ ਕਰਕੇ ਉਹ ਆਵੇਂ ਹੀ, ਜੋ ਕਿਹੜੇ ਕਰਕੇ ਪਾਪੇਰ ਕਾਰਨ ਬਣਾ ਆ ਉਹਦੇ ਵਾਸਤੇ ਇਹ ਠੀਕ ਆ ਕਿ ਉਹਦੇ ਗਲੇ ਮਨੋਂ ਭਾਰੀ ਪੱਥਰ ਘਾਲ ਕੇ ਉਹਨੇ ਸਮੁੰਦਰ ਨੂੰ ਘਾਲ ਦਿਓ। ਰੱਬਰ ਰਾਜ ਕਿਹੜੇ ਤਰ੍ਹਾਂ ਹੋਈ ਆ? ਉਹ ਇਹ ਤਾਂ ਆ, ਇੱਕੋ ਕਿਸਾਨ ਰਾਈਰ ਦਾਣਾ ਲੈ ਕੇ ਆਪਣੇ ਖੇਤੇ ਨੂੰ ਬੀਜਾ ਆ, ਉਹ ਬੂਟਾ ਵੱਧ ਕੇ ਦਰਖਤ ਬਣ ਜਾਵਾ ਆ ਅਤੇ ਪੰਛੀ ਔਰ ਟਾਹਣੀ ਉੱਪਰ ਗੌਰ ਨਾ ਬਣਾਵੇਂ। ਮੰਨੇ ਨਹੀਂ ਪਤਾ ਹੀ ਕਾਈ ਕਹਿ ਰਹੇ ਹੋ? ਤਮੀ ਚੁੰਗੀ ਲੈ ਵਾਲਿਓ ਤੇ ਪਾਪੀਆਂ ਗਿੱਲੇ ਬੈਠ ਕੇ ਕਾਹ ਖਾਓ ਪੀਓ ਛੋ। ਚੰਗੇ ਭੜੇ ਲੋਕਾਂ ਨੂੰ ਵੈਦਰ ਲੋੜ ਨਹੀਂ ਆ, ਪਰ ਰੋਗੀਆਂ ਨੂੰ ਛਾ। ਮੈਂ ਪਾਪੀ ਹੁਣੇ ਪਛਤਾਵਰ ਸੁਨੇਹ ਦੇਣ ਆਏ ਜੂ, ਨਾ ਕੀ ਧਰਮੀ ਨੇ। ਮੰਨੇ ਸਵਰਗੇ ਰਾਜੇ ਬਾਰੇ ਦੱਸੋ, ਕਾਈ ਹੋਰ ਵੀ ਛਾ? ਐ ਮਾਰੇ ਲੋਕੋ ਘਬਰਾਓ ਨਾ, ਪਰਮ ਪਿਤਾ ਰੱਬੇ ਇੱਛਾ ਆ ਕਿ ਉਹ ਤੁਹਾਨੂੰ ਰਾਜ ਦੇਵਾ। ਆਪ ਨੂੰ ਸਾਰੋ ਕਾਈ ਵੇਚ ਕੇ ਪੈਸਾ ਗਰੀਬਾਂ ਨੂੰ ਦਾਨ ਕਰ ਦਿਓ ਅਤੇ ਇਹਦਰ ਬਟੂਆ ਬਣਾਓ ਜੋ ਕਦੇ ਫਾੜਦੇ ਨਹੀਂ। ਸਵਰਗੀ ਮਨ ਧਨ ਇਕੱਠੋ ਕਰੋ ਜੋ ਕਦੇ ਘੱਟਦੋ ਨਹੀਂ, ਕਿਉਂਕਿ ਕੋਈ ਚੋਰੂ ਤਾਂ ਨਹੀਂ ਪਹੁੰਚ ਸਕਦੋ ਅਤੇ ਨਾ ਹੀ ਕੋਈ ਕੀੜਾ ਉਹਨੇ ਖਤਮ ਕਰ ਸਕਾ ਆ। ਜਥਾ ਧਰ ਧਨ ਹੋਈ ਆ, ਉੱਥੇ ਧਰ ਮਨ ਵੀ ਲਾ ਗਈ ਆ। ਹੇ ਮਾਈ, ਤੂੰ ਆਪਣੀ ਬਿਮਾਰੀ 'ਤੇ ਆਜ਼ਾਦ ਹੋਈ। ਦੇਖੋ ਦੇਖੋ, ਇਹ ਠੀਕ ਹੋ ਗਈ, ਇਹ ਤਾਂ ਚਮਤਕਾਰ ਆ। ਦੇਖੋ ਇਹ ਠੀਕ ਹੋ ਗਈ, ਆਓ ਦੇਖੋ। ਸਾਰੇ ਸਾਲਾਂ ਤੇ ਰੱਬ ਤੈਨੂੰ ਸੁਖੀ ਰੱਖਾ। ਹਫ਼ਤਾ ਮੰਨੋ ਆਪਾਂ 6 ਦਿਨ ਕੰਮ ਕਰ ਸਕਾ ਆ ਤੇ ਚੰਗਾਈ ਵਾਸਤੇ ਆਪਾਂ ਇਹ ਦਿਨੋਂ ਮੈਂ ਕਦੇ ਵੀ ਆ ਸਕਾ ਆ, ਪਰ ਬੰਦਗੀ ਦੇ ਦਿਨ ਨਹੀਂ। ਐ ਪਖੰਡੀਓ, ਕਈ ਬੰਦਗੀ ਦੇ ਦਿਨ ਧਾਰੇ ਮਾਲੇ ਹਰ ਕੋਈ ਆਪਣੇ ਡੰਗਰੋਂ ਖੋਲ ਕੇ ਪਾਣੀ ਪਰਾਏ ਵਾਸਤੇ ਨਹੀਂ ਲੈ ਜਾਤੋ ਆ। ਪਰ ਹੱਥਾਂ ਜੋ ਮਾਈ ਜੋ ਬ੍ਰਹਮਰ ਪੀੜੀ ਮਲ ਛਾ, ਪਰ ਜਿਹਨੇ ਪਿਛਲੇ 18 ਸਾਲੇ ਦੇ ਕਾਲ ਨੇ ਪਕੜ ਰੱਖਿਓ ਤੋ ਕਈ ਬੰਦਗੀ ਦਿਨ ਚੰਗੋ ਕਰਨ ਨੂੰ ਠੀਕ ਨਹੀਂ। ਤੋ
हे मान गुरु जी, सदारो जीवन लय वास्ते मने कहीं करना पड़िया। तभी मने महान का कहो छो? कोई भी महान नहीं आ रब्बे ती सिवाय। तभी हुक्मन तो जानो ही हो, गलत काम ना करो, हत्या ना करो, किर पर झूठो इल्जाम ना लगाओ, अपने माए तो बापे आदर करो। परे मैं सारे हुक्म निके होते मन तो आ रहे हूँ। तारे वास्ते भी को काम करनो जरूरी है। आपनो सारो कहीं वेच के धन गरीबों वंडदा, तने स्वर्गवन धन मिली आ, ते मारे पाछे लाग जो। पर अमी ते व्यापारी हाँ, अमी ते बहुत वड्डे धनवान हाँ। तनी रो रब्बे राज्य में जानो किन्ना औखो आ, तनी रो रब्बे राज्य में वड़न औखो आ, पर उठे रो सुर नकमा लंघ जानो सौखो आ। पर कौन मुक्ति काल सका है? जो बंदा वास्ते औखो आ वो रब्बे वास्ते सौखो आ। असले मनो कथो यही रब्बे रो राज। रब्बे रो राज एकदम प्रकट नहीं होतो आ, कोई ई नहीं कह सकतो कि देखो ई अत्ता आ या उत्ता आ, क्योंकि रब्बे राज तारे मनो आ। ऊ समवई आ जे तुम रब्बे रे बेटा राज देखनो चाहो पर तुम्हें देख ना सकियो। जे तो बिजली आकाशी मनु एक पासे तो दूजे पासे चमकाया, वह तो ही रब्बे रे बेटा भी प्रगट हुई आ, पर पहले उन्हें बहुत दुख झलने पड़िए तो ये जुगिर लोगों इनकार करिए। आकाशर धरती टल जानो पक्को आ, पर रब्बे क्यों ये वचनर एको भी शब्द ना टली आ। मैं तने कहूँ छू जो तुम्हें देखो ते सुनो छो, बहुत सारे संतों ते राजाओं ने उनो देखनो ते सुनो चाहो पर वो ये ना कर सके। अभी का ही करा पवित्र बाइबल कहीं कवाया एरो कहीं अर्थ आ। तभी अपने प्रभु रब्बे ने पूरे दिले ते पूरी जाने गले पूरी शक्ति गले पूरे मने गले प्यार कर, गवांडियों ने भी अपने वर्गो प्यार करो। तो ठीक क्यों, ये तो करियो तो जिंदा रहियो। मारो गवांडी कौन आ? उस पाई तेनी कोई राजा होया? इक्के बारी इक्को बंदा यरूशलम ते जरीहो जा रहे हो तो ते उदे डाकू और पर हमला किदो ते उन्हें लूट के अध मरियो करके मेल गए ते उदे ओरे पाले इक्को पुजारी लंघियो, उन्हें देख के कन्नी कतरा के लंघ गयो। ए राही एक सेवादार ओरे पल लंघ्यो, ओरे पंजों आयो उन्हें देख के ते मुँह मोड़ के चले गयो, पर एक दलित सामरी ने रस्ता में जाते हुए वह जख्मी देखियो ते औरों मन तरसे गले भर गयो, पर ओ जख्मी बंदर पन्यो जाके और जख्मों साफ किदो ते उन्हें अपने गदा और बठार के एक धर्मशाला में ले गयो। जत्था और देखभाल की दी गई। दूजे दिन मालके ने कहीं पैसा दे के ते और देखभाल करन क्यों ते क्यों जो कुछ खर्चे है मैं तेन मुड़ते हुए दे दी हूँ। इनों तीनों माले डाकुओं द्वारा लूटे गए बंदा गिले के चंगे गौंडीर फर्ज निभायो जी और पर तरस कदो ते फिर तमी वेरा ही करो। जवाकों मर पनवाए दियो ते उन्होंने ना रोको, क्योंकि रब्बे राज ए नोरी आ। मैं तने सच कहूँ चू जो कोई रब्बे राजे ने जो ओ बच्चा तरह नहीं मानतो आ वो रब्बे राजन कदे नहीं जा सकतो। जो कोई मारे नामे मनु ए बच्चा आदर करी आ वो मारो भी करी आ, जो कोई मारो स्वागत करी आ वो मार कल्याल भी करी आ। तारे मल सारे तो निको ही सारे तो महान आ। कौन जा रहे आ? नासरे जसू अठा जा रहे आ। ओ यीशु, ओ
प्रभु यीशु। हे दाऊदेरा पुत्र, मारे पर रहम कर। मैं तारे वास्ते काई करूं? मैं फिर देखनो चाहूं छू। ते देख, तारे जकीन ने तने चंगो किदो। मैं देख सकूं छू, मन्ने सारो काई दिसा आया। मैं देख सकूं छू। ओ यीशु, यरूशलेम में जाते हुए हर जगह प्रभु यीशु ने बहुत भीड़ मिली। लोग उन्हें अपनों भड़ो करो तो रब्बे की गाजे के बारे वाली जानना चाहते थे। मारा प्रभु ते मारा गुरु मन्ने बचा। हे प्रभु मिने बचा, मिने बचा। महिमा आया। मन्ने सच्चो रा दिखा। लोगों प्रभु यीशु ने अपनो प्रभु ते गुरु गुपे मनो मनो शुरू कर दनो। देखे ने कालो जरियो शेरे मनो यकई ना मेरो चुंगी ले आलो। यीशु ने देखे वास्ते जल्दी जल्दी दरख्ते पर चढ़ गयो। चकई नीचे उतर, आज मैं तारे करे रोकी हूँ। मारे घर है और करे कहाँ रोकिया? जकई यीशु ने केरा जाना चा। सुनो, मैं अपनी कमाई का अद्धो हिस्सो गरीबों दे दी हूँ। जे मैं किने ठगे हुआ तो मैं उन्हें चार गुणा दे दी हूँ। मैं नहीं यकीन करते कि चुंगी वाला पैसा मोड़ दिया, ये नहीं हो सकता। आज ये करें मुक्ति आई है। ये बंदा भी ब्रह्मेर पीढ़ी में लिया। मैं गमे होने लाभ होने तो उन्होंने पलो करे वास्ते आयो छू। सुनो, आपां यरूशलम जा रहे हैं। जत्था मारे बारे में कही गई संतुर गलें पूरी हुई। मने बेजकीना लोकर हाथों पकड़ाया जी आ, वो मारे गले बुरो व्यवहार करी है तो मने बेजत करके मार पर थूकिए, कोड़ा लगे तो मार दिए। पर मैं तीजे दिन जिंदा हो जाइ। ते प्रभु यीशु पूरे यकीने गले यरूशलेम वलें टुर पड़ो। पर वो जानते तो कि हर इंसान के पापों वास्ते अपन जान देनी पड़ी आ। ते फिर भी वो यरूशलेम वलें चले गए। ते फिर यीशु अपने दो चेलों पाले गधा मंगवाए। बहुत सारे लोग उसे आए तो खुश होए तो उन्हें अपनो राजा मान ले दो। गुरु अपने चेला ने हुक्म दा के ओ चुप रवे। मैं कहूं छू जे चुप रहे ते अपने आप ही पत्थर बोल पड़िए। प्रभु महिमा आवा, प्रभु तने सारन शांति देवा।
प्रभु यीशु यरूशलेम में आयो ते उन्हें देखियो ते रो पड़ियो। पढ़ो तो जे तू अपनी शांति राह जान लितो पर तू मेरे मनु असफल रहो। ओ दिन अन्ये जद तारे वैरी मोर्चा बना के तने घेर लईए ते चारों पासे तर भामला करिए इनों कंधों मन तने मार दईए तुन्ने ते तारे लोगों ने पूरी तरह तर नाश करके रहीए क्योंकि तू अपने भलेर समण नहीं जाने। यरूशलेम पवित्र मंदिर महिमा कर ओर बजाए व्यापारी मंडी बन चुकी तो पाँच छ सात आठ नौ दस ग्यारह बारह तेरह चौदह पंद्रह सोलह सतारह अठारह उन्नीस बीस इक्कीस बाईस तेईस चौबीस पच्चीस छब्बीस सताईस। रब ने क्यों छा मारो घर सत्संग घर हो गया पर धमी ने डाकू राडा बना दनो वा मारे जानवर दड़ाए रहा रोको ही ने रोको ही ने। पहले जानो बुलाओ जल्दी बुलाओ ते कई सरकार ते धर्म गुरुओं मनो प्रभु यीशु विरुद्ध गुस्सा आने लग गयो क्योंकि लोगों ने राजा मान लिदो तो। मैं तो सुनया वा बहुत सारे लोगों ने अपना राजा मान लिदो वा राजा मंगता विछाओ ते चोरों रो ओरे वर्गे अभी बहुत देखे वो आके अपनो वादा करके चले जावे लोग भूल जावे। भोले ना बनो ओरे लोग हर दिन वध रहे ओरी सिफते करें लोग वो सोचा है कि राजा या मैं तो चेतावनी दऊं छू अगर ये बंदा शांति भंग कीती और धमी जिम्मेवार होई हो शायद ये ठीक कवें मन्ने जसून रोकनो होई आ। जरा जरा धर्म गुरुओं ते पखंडी लोगों रो यीशु ने विरोध किदो ते यहूदियों मन भी और लोग वधन लाग के दूजे पासे उन्हों लोगों जी भी विरोध वध्यो जिन्होंने ओ माड़ो कियो तो। प्रभु यीशु ने एक ही गरीब विधवा ने मंदिरे मुझे दुई तांबे सिक्का धरते हुए देखियो वध नहीं दे सकती। मैं कहूँ छू एक गरीब विधवा सारे तो वध के दान दनो वा क्योंकि दूजों अपने ज्यादा धने मल थोड़ा दनो वा पर ए गरीब होते हुए भी अपन सारी कमाई दे देनी महीने दस तुने ई कह रो कहीं हक कै दिनों तुने ई कह रो हक। अबे मैं तने को सवाल पूछू जू यूहन्ना ने बपतिस्मा दे रख रब्बे पाले मिले तो या बंदा पाले अमी कहीं जवाब देवा जे रब्बे वाले कवा ते ऊ कही है तमी यूहन्ना रो यकीन का नहीं किदो ये बंदा रे वाले कवा ते ए भीड़ मने पत्थरों गले मारी है क्योंकि ये सारे यूहन्ना ने संत मने छी। मैंने नहीं पतो ई हक कठो मिलो मैं भी तने नहीं दस तो ई मैं सारो को केरे हो कि पर कर रही हूं एक बारी एक बंदा ने अंगूरों बाग लगायो उन्हें ठेका पर देके कई सालों वास्ते दूर चले गयो जदे अंगूर तोड़े समो आयो ते ऊ अपने के नौकरे निकल लियो
ਕਿ ਫਸਲੇ ਵਾਲੇ ਉਹਨੇ ਆਪ ਨੂੰ ਹਿੱਸੋ ਮਿਲ ਸਕਾ, ਪਰ ਠੇਕੇਦਾਰੋਂ ਉਹਨੇ ਕੂਟ ਕੇ ਖਾਲੀ ਆਦੜਾ ਦਿਨੋਂ, ਫਿਰ ਉਹ ਦੂਜੇ ਦੱਸਣ ਘੱਲਿਓ ਅਤੇ ਠੇਕੇਦਾਰੋਂ ਉਹਨੂੰ ਵੀ ਕੂਟਿਓ ਅਤੇ ਬੇਇੱਜ਼ਤੀ ਕਰਕੇ ਉਹਨੇ ਵੀ ਖਾਲੀ ਹੱਥ ਘੱਲ ਦਿਨੋਂ, ਅਤੇ ਫਿਰ ਉਹ ਆਪਣੇ ਤੀਜੇ ਨੌਕਰੀ ਨੂੰ ਘੱਲਿਓ ਅਤੇ ਠੇਕੇਦਾਰ ਉਹਨੇ ਮਾਰ ਕੂਟ ਕੇ ਬਾਗੇ ਦੇ ਬਾਹਰ ਦੜਾ ਦਿਨੋਂ। ਫਿਰ ਬਾਗੇ ਦੇ ਮਾਲਕ ਨੇ ਸੋਚਿਓ, ਮੈਂ ਅਬੇ ਕਾਂ ਕਰੂੰ, ਅਬੇ ਮੈਂ ਆਪਣੇ ਪਿਆਰੇ ਬੇਟਾ ਨੂੰ ਕਰ ਲਈਓ, ਉਹ ਜ਼ਰੂਰ ਹੀ ਔਰ ਆਦਰ ਕਰੀਏ। ਪਰ ਠੇਕੇਦਾਰ ਉਹਨੇ ਆ ਤੋਂ ਦੇਖ ਕੇ ਆਪਸੇ ਮਨ ਕਿਹੋ, ਈ ਤਾਂ ਮਾਲਕੇ ਦਾ ਬੇਟਾ ਆ, ਜੇ ਇਹਨੇ ਮਾਰ ਦੇਵਾਂ ਤਾਂ ਬਾਗ ਮਾਰੋ ਹੋ ਜੀ ਆ। ਪ੍ਰਭੂ ਮੈਨੇ ਵਲੀ ਦੱਸ, ਉਹਨੇ ਬਾਗੀ ਮਾਲ ਬਾਹਰ ਕੱਢਿਓ ਅਤੇ ਮਾਰ ਦਿਨੋ। ਅਬੇ ਦੇਖੋ, ਉਹ ਮਾਲਕ ਠੇਕੇਦਾਰਾਂ ਕੋਲ ਕਾਂ ਕਰੀ ਆ, ਉਹ ਆ ਕੇ ਉਹਨਾਂ ਨੂੰ ਮਾਰ ਹੀ ਆ ਅਤੇ ਅੰਗੂਰੋਂ ਬਾਗ ਦੂਜੋਂ ਦੇ ਦੀ ਆ, ਅਤੇ ਇਹ ਬਚਨ ਰਕਾਈ ਅਰਥ ਆ, ਜੇ ਪੱਥਰ ਨੇ ਮਿਸਤਰੀਓ ਬੇਕਾਰ ਸਮਝ ਕੇ ਸੁੱਟ ਦਿਨੋ, ਉਹੀ ਪੱਥਰ ਸਾਰਿਆਂ ਤੋਂ ਚੰਗੋ ਨਿਕਲਿਓ, ਜੇ ਕੋਈ ਇਹ ਪੱਥਰ ਪਰ ਡਿੱਗ ਗਿਆ ਤਾਂ ਚੱਕਣਾ ਚੂਰ ਹੋ ਜੀ ਆ, ਪਰ ਜੇ ਇਹ ਪੱਥਰ ਕਿਰ ਪਰ ਡਿੱਗ ਗਿਆ ਤਾਂ ਉਹਨੇ ਪੀਸਦੀ ਆ। ਗੁਰੂ ਜੀ ਮੰਮੀ ਜਾਣਾ ਆ, ਜੋ ਤੂੰ ਸਿੱਖਿਆ ਦੇਵੇਂ ਉਹ ਸਹੀ ਆ, ਮੰਮੀ ਜਾਣਾ ਛਾਂ ਕਿ ਤੂੰ ਬੰਦਾ ਸਥਿਤੀ ਪਰੀਆਂ ਧਿਆਨ ਨਹੀਂ ਦਿੱਤੋ, ਪਰ ਬੰਦਾ ਵਾਸਤੇ ਰੱਬੇ ਦੀ ਮਰਜ਼ੀ ਵਚਨ ਸਿਖਾਵੇਂ ਹੀ। ਦੱਸੋ ਰੂਮੀ ਬਾਦਸ਼ਾਹ ਨੂੰ ਚੁੰਗੀ ਦੇਣੀ ਮਾਰੇ ਅਸੂਲੋਂ ਵਾਸਤੇ ਕਾਂ ਠੀਕ ਆ ਜਾਂ ਨਹੀਂ? ਪ੍ਰਭੂ ਸੰਭਲ ਕੇ ਇਹ ਤਾਂ ਸਾਉਣ ਚਾਹਵੇਂ ਹੀ। ਮੈਨੇ ਚਾਂਦੀ ਦਾ ਸਿੱਕਾ ਦਿਓ। ਇਹ ਪਰ ਕੇਰ ਸ਼ਕਲ 'ਤੇ ਨਾਮ ਲਿਖਿਓ ਆ ਅਤੇ ਫਿਰ ਜਦੋਂ ਰਾਜਾ ਰਹੋ ਆ, ਉਹ ਸਾਰੋ ਰਾਜਾ ਨੂੰ ਦਿਓ, ਜਿਹਨੂੰ ਰੱਬੇ ਰਹੋ ਆ ਉਹ ਰੱਬੇ ਨੂੰ ਦਿਓ। ਤਾਰੋ ਇਹ ਬਾਰੇ ਕਈ ਜਵਾਬ ਆ। ਉਹਦੇ ਖਮੀਜੀ ਗੋਟੀ ਕੋ ਤਿਉਹਾਰ ਨੇੜੇ ਆਏ ਹੋ, ਜਿੰਨੇ ਫਸੇ ਕੋ ਤਿਉਹਾਰ ਕਵੇਂ। ਅਤੇ ਪ੍ਰਭੂ ਯਸ਼ੂ ਨੇ ਸ਼ਮੋਨ ਪਤਰਸ ਅਤੇ ਯੂਹੰਨਾ ਨੇ ਫਸੇਰ ਭੋਜਨ ਤਿਆਰ ਕਰਨ ਵਾਸਤੇ ਪਹਿਲਾਂ ਹੀ ਘੱਲ ਦਿਨੋ। ਮਾਰ ਬੜੀ ਇੱਛਾ ਸੀ ਕਿ ਦੁੱਖ ਭੋਗ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਫਸੈਰ ਭੋਜਨ ਖਾਊਂ। ਮੈਂ ਤੈਨੇ ਕਹੂੰ ਛੂੰ, ਰਬਿਰ ਰਾਜਰ ਮੰਨੋ, ਇਹਦੇ ਉਦੇਸ਼ ਨਾ ਪੂਰੇ ਹੋਏ ਤੱਕ ਇਹਨੇ ਮੈਂ ਨਹੀਂ ਖਾਈਓ। ਧੰਨ ਹੀ ਤੂੰ ਪ੍ਰਭੂ ਰੱਬ, ਸਾਰੇ ਜਗ ਤੇਰਾ ਮਾਲਕ, ਜੁਣ ਅੰਗੂਰੇ ਦੇ ਵੇਲੇ ਪਰ ਫਲ ਲਗਾਵੇਂ। ਇਹਨੇ ਲਿਓ ਅਤੇ ਆਪਣੇ ਮੈਨੂੰ ਵੰਡ ਲਿਓ। ਮੈਂ ਤੈਨੇ ਕਹੂੰ ਛੂੰ, ਜਿੱਥੋਂ ਤੱਕ ਰੱਬਰ ਰਾਜ ਨਹੀਂ ਆ ਤਾਂ ਉੱਥੋਂ ਤੱਕ ਮੈਂ ਅੰਗੂਰੇ ਰਸ ਨਹੀਂ ਪੀਏ ਰੋ। ਧੰਨ ਨਹੀਂ ਤੂੰ ਪ੍ਰਭੂ ਰੱਬ, ਸਾਰੇ ਜਗ ਤੇਰਾ ਮਾਲਕ, ਜਿਹਨੂੰ ਧਰਤੀ ਪਰ ਅੰਨ ਉਗਾਵੇਂ। ਈ ਮਾਰ ਦੇਹ ਆ ਜੋ ਤਾਰੇ ਵਾਸਤੇ ਦਿਨੀ ਜੀ ਆ, ਮਾਰੀ ਯਾਦੇ ਮਨ ਨੂੰ ਏਰਾਂ ਹੀ ਕਰੇ ਕਰੋ। ਇਹ ਪਿਆਲਾ ਮਰ ਲਹੂਰ ਨਵੋਂ ਕਰਾਰ ਆ, ਜਿਹਨੂੰ ਧਾਰੇ ਵਾਸਤੇ ਬਹਾਇਓ ਜੀ ਆ। ਦੇਖੋ ਮੈਨੂੰ ਪਕੜਾਏ ਵਾਲੋ, ਮਾਰੇ ਗੱਲੇ ਇਹ ਮੇਜੇ ਭਰੀ ਆ, ਮਾਰ ਮੌਤ ਤੇ ਪਾਕੀ ਆ ਰੱਬੇ ਵਲਡੇ, ਪਰ ਅਫਸੋਸ ਆ ਉਹਦੇ ਪਰ ਜਿਹਨੂੰ ਮੈਨੇ ਪਕੜਾਈ ਆ। ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਹੋ ਹੀ ਨਹੀਂ ਸਕਦਾ। ਕੌਣ ਆਊ ਧੋਖੋ ਦੇ ਵਾਲੋ ਪ੍ਰਭੂ?
ਤਾਰੇ ਮਲ ਸਾਰਿਆਂ ਦਾ ਮੋਟੋ ਹੀ ਸਾਰਿਆਂ ਦਾ ਨਿੱਕੋ ਬਣਾ ਅਤੇ ਮੁਖੀ ਸੇਵਾਦਾਰੇ ਦਾ ਸਮਾਨ। ਮੋਟੋ ਕੌਣ ਆ? ਉਹ ਜਿਹਨੂੰ ਭੋਜਨ ਕਰੇ ਵਾਸਤੇ ਬੈਠੋ ਆ ਜਾਂ ਉਹ ਜਿਹਨੂੰ ਸੇਵਾ ਕਰਾ ਛਾ? ਹਾਂ ਉਹੀ ਜਿਹਨੂੰ ਮੇਜਰ ਪੰਜੋਂ ਬੈਠੋ ਆ। ਪਰ ਮੈਂ ਤਾਰੇ ਮਨ ਸੇਵਾਦਾਰੇ ਤਰ੍ਹਾਂ ਹਾਂ। ਮਾਰੇ ਵਿਵਤਾ ਹੁਣ ਤਾਂ ਮਾਰੇ ਗਿੱਲੇ ਰਹੇ ਜਿਹੜਾ ਮਾਰੇ ਬਾਪ ਮਨੇ ਰਾਜ ਕਰੇ ਰੱਖ ਦਿੰਦਾ। ਇਹ ਅੱਕ ਮੈਂ ਧੰਨੇ ਦਿਉਂ ਤਵੇ ਮਾਰ ਰਾਜੇ ਮੰਨੋ ਮਾਰੇ ਮੇਚੇ ਪਰ ਭੋਜਨ ਖਾਈਓ ਅਤੇ ਤਵੀਂ ਸਿੰਘਾਸਨੀ ਪਰ ਬੈਠ ਕੇ ਇਸਰਾਇਲੇ ਦੀ 12 ਜਾਤੀਆਂ ਪਰ ਰਾਜ ਕਰੀਓ। ਫਿਰ ਤਾਂ ਕੋਈ ਧੋਖੇਬਾਜ਼ ਨਹੀਂ। ਸ਼ਿਮੋਨ ਸ਼ਿਮੋਨ ਸੁਣੋ, ਕਾਲ ਰੱਬੇ ਨੇ ਪੁੱਛ ਕੇ ਆਇਆ ਕਿ ਤੁਹਾਨੂੰ ਸਾਰਿਆਂ ਨੂੰ ਪਰਖ ਸਕਾ। ਚੰਗੇ ਨੇ ਮਾੜੇ ਦੇ ਅੱਡ ਕਰਾ, ਜੇ ਤਾਂ ਕਿਸਾਨ ਤੂੜੀ ਨੇ ਕਣਕੇ ਦਾ ਅੱਡ ਕਰਾਇਆ। ਪਰ ਮੈਂ ਪ੍ਰਾਰਥਨਾ ਕੀਤੀ ਆ ਕਿ ਤਾਰੋ ਯਕੀਨ ਨਾ ਡੋਲਾ, ਜਦੋਂ ਤੁਸੀਂ ਮਾਰੇ ਵੇਲੇ ਆਈਓ ਤਾਂ ਆਪਣੇ ਭਾਈਓ ਤਗੜੋ ਕਰੀ। ਪ੍ਰਭੂ ਮੈਂ ਤਾਰੇ ਗੱਲੇ ਕਹਿਦੇ ਵੀ ਜਾਏ ਵਾਸਤੇ ਅਤੇ ਮਾਰੇ ਨੇ ਵੀ ਤਿਆਰ ਹੂੰ। ਮੈਂ ਕਹੂੰ ਛੂ ਪਤਰਸ, ਅੱਜ ਤਾਂ ਮੁਰਗਾ ਦੀ ਬਾਂਗ ਦੇ ਪਹਿਲੇ ਤੂੰ ਮਾਰ 3 ਵਾਰੀ ਇਨਕਾਰ ਕਰੀਏ ਕਿ ਮੈਂ ਤਾਂ ਨਹੀਂ ਜਾਣ ਤੋ। ਮੈਂ ਤੈਨੂੰ ਬਗੈਰ ਬਟੂਆ ਝੋਲੀ ਅਤੇ ਬਗੈਰ ਬੂਟੋਂ ਘੱਲਿਓ ਧੰਨੇ ਕੋਈ ਕਮੀ ਆਈ? ਨਹੀਂ ਕੋਈ ਕਮੀ ਨਹੀਂ। ਜਿਰਪਣ ਬਟੂਆ ਅਤੇ ਝੋਲਾ ਹੋਵਾ ਉਹ ਉਹਨੇ ਲੈ ਲੇਵਾ ਅਤੇ ਜਿਰਪਣ ਕਿਰਪਾਨ ਨਾ ਹੋਵਾ ਉਹ ਆਪਣੇ ਕੱਪੜਾ ਵੇਚ ਕੇ ਲੈ ਲੇਵਾ। ਮੈਂ ਕਹੂੰ ਛੂੰ, ਪਵਿੱਤਰ ਬਾਈਬਲ ਮੈਂ ਲਿਖਿਓ ਆ ਕਿ ਉਹਨੇ ਦੋਸ਼ੀ ਕਿਹੋ ਜੀ ਆ ਅਤੇ ਮਾਰੇ ਬਾਰੇ ਮੈਂ ਲਿਖਿਓ ਸਾਰੀ ਗੱਲੇ ਪੂਰੀ ਹੋਏ ਰਹੀ ਜੀ। ਦੇਖੇ ਇੱਥਾਂ ਦੀ ਕਿਰਪਾਨੇ ਪ੍ਰਭੂ। ਬਹੁਤ ਹੀ ਤੇ ਪ੍ਰਭੂ ਯਿਸੂ ਪਾਲੇ ਖੇੜੋ ਛੜਾਏ ਵਾਸਤੇ ਧਰਮ ਗੁਰੂ ਕੋ ਇਕੱਠ ਹੋਇਓ। ਉਹਦੇ ਕਾਲ ਯਹੂਦਾ ਇਸਕਰੋਤੀ ਮੈਨੂੰ ਆ ਗਿਓ ਜਿਹਨੂੰ 12 ਚੇਲਾਂ ਵਾਲੇ ਇੱਕੋ ਤੋਂ ਉਹ ਧਾਰਮਿਕ ਗੁਰੂਆਂ ਕੋਲੇ ਮਿਲ ਕੇ ਪ੍ਰਭੂ ਯਿਸੂ ਨੂੰ ਪਕੜਵਾਏ, ਸਲਾਹ ਬਣਾਈ। ਪ੍ਰਭੂ ਯਿਸੂ ਪ੍ਰਾਰਥਨਾ ਕਰੇ ਵਾਸਤੇ ਯਰੂਸ਼ਲਮੇ ਅਤੇ ਜੈਤੂਨੇ ਪਹਾੜੇ ਪਰ ਗਏ। ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਮੈਂ ਨਾ ਪੜੋ। ਯਹੂਦਾ ਇਸਕਰੋਤੀ ਨੇ ਸਿਰਫ 30 ਚਾਂਦੀ ਸਿੱਕਾਂ ਵਾਸਤੇ ਯਿਸੂ ਗਲੇ ਧੋਖੋ ਕਿਦੋ। ਪ੍ਰਭੂ ਯਿਸੂ ਜਾਣ ਤੋਂ ਕਿ ਬੰਦਰ ਜਾਤਰ ਪਾਪਾਂ ਵਾਸਤੇ ਉਹ ਜਾਣ ਦੇ ਸਮੋਂ ਆ ਗਏ ਵਾ ਅਤੇ ਉਹ ਪ੍ਰਾਰਥਨਾ ਕਰਨ ਲੱਗ ਗਏ। हे बाप, जे तू चाहें ते ये विपता मारे पर टाल दी ते फिर भी मार नहीं, तार मर्जी पूरो वा। ते प्रभु यीशु ने शक्ति दे वास्ते इको स्वर्गदूत उतरियो ते यीशु मुड़को ਲੋਹੂ ਦੀ ਮੋਟੀ ਮੋਟੀ ਬੂੰਦੇ ਬਣ ਕੇ ਧਰਤੀ ਪਰ ਡਿੱਗਣ ਲੱਗ ਗਏ। ਤਵੇਂ ਕਾਂ ਸੁੱਤੇ ਹੋ? ਜਾਗੋ, ਪ੍ਰਾਰਥਨਾ ਕਰੋ ਕਿ ਤਵੇਂ ਪਰਤਾਵੇ ਬਣ ਨਾ ਆਓ।
यहूदा कहीं तू मन चूम के पकड़वा रहे हैं। प्रभु कहीं ने मुझे कृपाने के लिए मार देवा। चलो इन्हें पकड़ लो। बस बहुत हो गयो। चमत्कार। मैंने डाकू समझ के तो तलवारें ते डांगे लेके आए हो। मैं मंदिर में हर दिन धर गले तो उदे तो मैंने पकड़े हो नहीं। ई धर कामेर समूह आ नेरे रो राज आ। पकड़ लो इन्हें। ਇਹਦੇ ਬੜੀਆਂ ਨਿਗਾਹ ਰੱਖ ਜੋ। ਉਹਦੇ ਸਿਪਾਹੀ ਉਹਨੇ ਪਕੜ ਕੇ ਵਿਹੜੇ ਮੈਨੂੰ ਲਿਆਏ ਤੇ ਯਹੂਦੀਆਂ ਨੂੰ ਰਾਜਾ ਕਹਿ ਕੇ ਉਹਨੂੰ ਮਜ਼ਾਕ ਉਡਾਏ ਲਾ ਗਏ। ਅਰੇ ਰਾਜਾ ਕੱਪੜਾ ਤੇ ਦੇਖੋ। ਦੱਸ ਅਬੇ ਕਾਹੀਓ ਯਾਲੋ ਆ। ਕਾਹੀ ਤੂੰ ਮੰਨੇ ਬਚਨੇ ਉਹ ਮਹਾਰਾਜ। ਹਾਂ ਕਾਹੀ ਤੂੰ ਮੰਨੇ ਬਚਨੇ। ਇਹ ਬੰਦਾ ਵੀ ਯਸ਼ੂ ਗਿਲੇ ਤੋਂ। ਭੈਣ ਮੈਂ ਇਹਨੇ ਜਾਣ ਤੋਂ ਵੀ ਨਹੀਂ। ਮੈਂ ਦੋਨੋਂ ਨੇ ਗਿਲੇ ਦੇਖਿਓ ਆ। ਅਸੀਂ ਤਾਂ ਤਾਰੇ ਨੌਕਰ ਆ। ਤੂੰ ਮੋਟੋ ਬੰਦ ਤੋ ਅਬੇ ਕਿਹੜਾ ਲੱਗਾ ਜਾ। ਤੂੰ ਵੀ ਤੇ ਹੁਣ ਮਲ ਇੱਕੋ ਹੀ ਊ ਮੈਂ ਨਹੀਂ। ਮੇਰੇ ਮੈਂ ਕੋਈ ਸ਼ੱਕ ਨਹੀਂ ਬੰਦਾ ਯਸ਼ੂ ਗਲੇ ਤੋਂ, ਕਿਉਂਕਿ ਇਹ ਵੀ ਗਲੀਲਰ ਸ਼ਾ। ਆਹਵਾ ਉਹੀ ਆ। ਪਤਾ ਨਹੀਂ ਤੁਸੀਂ ਕਿਹੜੇ ਬਾਰੇ ਗੱਲ ਕਰ ਰਹੇ ਹੋ। ਪ੍ਰਭੂ ਯਸ਼ੂ ਨੇ ਮੁੜ ਕੇ ਪਤਰਸੇ ਵੱਲ ਦੇਖਿਓ। ਉਹਦੇ ਪਤਰਸੇ ਨੇ ਯਸ਼ੂ ਨੂੰ ਗੱਲ ਯਾਦ ਆਈ ਤੇ ਆਜ ਮੁਰਗਾ ਜੀ ਵਾਂਗ ਦੇਸ ਪਹਿਲਾਂ ਤੁਮਰ 3 ਵਜੇ ਇਨਕਾਰ ਕਰੀ। ਪ੍ਰਭੂ ਮੈਂ ਤੇਰੇ ਕੋਲੇ ਰਹੀ ਹਾਂ। ਮੈਂ ਤੇਰੇ ਕਿਉਂ ਤੋਂ ਤੇ ਮਾਰੀ ਹਾਂ। ਮੈਂ ਤੇਰੇ ਪਲ ਬਹੁਤ ਮਿਲ ਦਿੱਤਾ ਤੇ ਤੇਰਾ ਇਨਕਾਰ ਕੀਤਾ। ਪ੍ਰਭੂ ਜਿਹਦੇ ਮਾਰੇ ਬਜ਼ੁਰਗ ਤੇਰੇ ਖਿਲਾਫ ਤੇ ਤੇ ਤੂੰ ਉਹਨੂੰ ਗੱਲੇ ਗੁੱਸੇ ਤੋਂ, ਫਿਰ ਵੀ ਤੂੰ ਇਹਨਾਂ ਖਤਮ ਨਹੀਂ ਕੀਤਾ ਪਰ ਮਾਫ ਕੀਤਾ। ਤੂੰ ਆਪਣੇ ਪਿਆਰੇ ਵਾਦਾ ਤੇ ਯਕੀਨ ਕਰਕੇ ਮਾਫ ਕਰ ਦੇਣਾ। ਬੋਲ ਤੈਨੂੰ ਕੀ ਮਾਰਿਓ। ਭਵਿੱਖਬਾਣੀ ਕਰ ਅਬੇ ਤੈਨੂੰ ਕੌਣ ਮਾਰੀਆ। ਬਸ ਕਰੋ ਈ ਸਾਰੋ ਕਾਈ ਬੰਦ ਕਰੋ। ਇਹਨੇ ਇਕੱਠੇ ਦੇ ਸਾਹਮਣੇ ਲਿਆਓ। ਚਾਲ ਪ੍ਰਭੂ ਯਸ਼ੂ ਗੱਲੇ ਸਵਾਲ ਜਵਾਬ ਕਰੇ ਵਾਸਤੇ ਧਰਮ ਗੁਰੂ ਇੱਕੋ ਇਕੱਠ ਕਿੱਦੋ
ਮਿੰਨੇ ਦੱਸ ਕਾਈ ਤੂੰ ਹੀ ਮਸੀਹਾ ਸੀ? ਜੇ ਮੈਂ ਦੱਸ ਹੀ ਹਾਂ ਤਾਂ ਤੁਸੀਂ ਯਕੀਨ ਨਹੀਂ ਕਰੇ ਰਹੋ। ਜਦੋਂ ਮੈਂ ਤੁਹਾਨੂੰ ਸਵਾਲ ਪੁੱਛੂ ਤਾਂ ਹੋਰ ਜਵਾਬ ਦਿੱਤੇ ਨਹੀਂ ਹੋ। ਪਰ ਅਬ ਪੱਕੋ ਹੀ ਮੈਂ ਸਰਬ ਸ਼ਕਤੀਮਾਨ ਰੱਬੇ ਦੇ ਸੱਜੇ ਪਾਸੇ ਬੈਠੀ ਹਾਂ। ਕਾਈ ਤੂੰ ਰੱਬੇ ਦੇ ਬੇਟਾ ਹੀ? ਆਵਾ ਮੈਂ ਛੂੰ। ਅਮੀ ਆਪ ਆਪਣੇ ਕੰਨ ਸੁਣਿਆ ਐ ਕਾਈ ਕਿਉਂ ਜਾ? ਅਮੀ ਤੈਨੇ ਪਲਾਤੂ ਸਿਰ ਪੰਜੋ ਲੈ ਜੀ ਆ। ਆਵਾ ਇਹਨੇ ਲੈ ਜਾਂਦੋ। ਚਲ ਉਹ ਪ੍ਰਭੂ ਯਿਸੂ ਨੇ ਬੇਦਰਦ ਰੋਮੀ ਸ਼ਾਸਕ ਪਿਲਾਤੁਸੇ ਪੰਜੋ ਲੈ ਗਏ ਜਿਹਨੂੰ ਹਜ਼ਾਰਾਂ ਨੇ ਸਲੀਬੇ ਪਰ ਚੜਾਇਆ ਰੋ ਜ਼ਿੰਮੇਵਾਰ ਤੋਂ। ਇਹਨਾਂ ਤੜਕੇ ਤੜਕੇ ਤੇ ਮਰ ਪਲ ਕਾਈ ਚਾਹੋ ਛੋ ਨੇ ਲੋਕਾਂ ਨੇ ਪੜਕਾਤੇ ਹੋਇਓ ਪਕੜਿਓ ਛਾ। ਇਹ ਮੰਦਰ ਦੇ ਬਜ਼ਾਰੇ ਮੇ ਖੱਲ ਬੱਲੀ ਮਚਾ ਦਿੰਨੀ। ਇਹ ਸਜ਼ਾ ਕਾਈ ਹੋਈ ਆ? ਇਹਨੇ ਸਜ਼ਾ ਦਿਓ। ਮੈਂ ਬੰਦਾ ਨੂੰ ਸਜ਼ਾ ਦੇ ਵਾਸਤੇ ਕੋਈ ਗੁਨਾਹ ਨਹੀਂ ਦੇਖਿਓ। ਅਵੀ ਇਹਨੇ ਇਹ ਗਲਤੀ ਕਰਦੇ ਹੋਏ ਦੇਖਿਓ, ਰੋਮੀ ਬਾਦਸ਼ਾਹ ਨੇ ਚੁੰਗੀ ਦੇ ਵਾਸਤੇ ਨਾ ਕਰਾਇਆ, ਮਸੀਹਾ ਹੋਏ ਰੋ ਵਾਦੋ ਕਰਾਇਆ, ਤੇ ਰਾਜਾ ਵੀ ਰਾਜਾ। ਕਾਈ ਤੂੰ ਯਹੂਦੀਓ ਰੋ ਰਾਜਾ ਹੀ? ਤੂੰ ਆਪ ਹੀ ਕਿਉਂ ਈ ਸਾਰੋ ਕਾਈ ਇਹ ਗਲੀਲੇ ਮੇ ਸ਼ੁਰੂ ਕਦੋਂ ਤੋਂ ਅੱਬੇ ਅਤੇ ਵੀ ਆ ਗਿਓ ਹੈ? ਗਲੀਲੇ ਮੇ ਹੀ ਹੋ? ਕਾਈ ਈ ਬੰਦਾ ਗਲੀਲੀ ਆ? ਏਰਾ ਸ਼ਾਹ ਤੇ ਇੰਨੇ ਰਾਜਾ ਹੈ ਰੋਦੇਸ਼ੇ ਪਿੰਨ ਘੱਲ ਦਿਓ। ਮੈਨੇ ਲੱਗਾ ਕਿ ਅੱਬੇ ਵੀ ਯਰੂਸ਼ਲਮ ਮੇ ਵੀ ਹੋਈ ਆ। ਇੰਨੇ ਔਰ ਪੀ ਲੈ ਜਾਓ। ਤੇ ਆਪਣੇ ਬਾਰੇ ਮੈਂ ਕਾਈ ਕਵੇਂ ਤੂੰ? ਉਹ ਕੌਣ ਜਿਹਨੂੰ ਤੂੰ ਆਪਣਾ ਚੇਲਾ ਕਵੇਂ? ਮੈਂ ਬਹੁਤੇ ਭਲੇ ਸੁਣਿਆ ਤੂੰ ਚਮਤਕਾਰ ਵੀ ਕਰੇ। ਅਰੇ ਮਾਰੇ ਵਾਸਤੇ ਵੀ ਕਾਈ ਕਰ ਰਿਹਾ ਮਹਾਰਾਜ? ਇਹ ਸਾਰੇ ਲੋਕਾਂ ਨੇ ਭੜਕਾਏ ਰਹੇ ਆ ਅਤੇ ਆਪਣੇ ਆਪੇ ਨੇ ਰਾਜਾ ਘਵਾਵਾ ਛਾ। ਇਹ ਬੰਦਾ ਰਾਜਾ? ਮਹਾਰਾਜ ਇਹਨੇ ਚੰਗੀ ਤਰ੍ਹਾਂ ਖੋਟੋ। ਲੈ ਜਾਓ ਇਹਨੇ ਪੀਲਾ ਤੁਸ ਪਈ ਹੋ ਇਹ ਉਹ ਦਿਸ ਰਹੀ ਆ। ਇਹ ਬੰਦਾ ਮੌਤੇ ਦੀ ਸਜ਼ਾ ਵਾਸਤੇ ਕੋਈ ਗਲਤੀ ਨਹੀਂ ਕੀਤੀ। ਤੇ ਮੈਂ ਇਹਨੇ ਕੋੜਾ ਲਗਵਾ ਕੇ ਮੇਲ ਦਿਉਂ ਛੂੰ।
ਮਾਰੋ ਉਹ ਜੋਰੀ ਜੋਰੀ ਗੱਲੇ ਰੌਲੋ ਘਾਲਤੇ ਤੇ ਕਿ ਯਸ਼ੂ ਨੇ ਸਲੀਬੇ ਪਰ ਚੜਾਇਆ ਜਾਵਾ ਤੇ ਪਿਲਾਤੂਸ ਉਹਨੇ ਮੌਤੇ ਸਜ਼ਾ ਦੇ ਦੇਣੀ। ਉਹਦੇ ਬਦਲੇ ਕਤਲ ਤੇ ਲੜਾਈ ਕਰੇ ਵਾਲੋ ਕੈਦੀ ਬਰੱਬਾ ਨੇ ਮੇਲ ਦਿਨੋ ਗਿਓ ਤੇ ਸਲੀਬੇ ਪਰ ਚੜਾਏ ਵਾਸਤੇ ਯਸ਼ੂ ਨੇ ਉਹਨੂੰ ਦੇ ਦਿਨੋ ਗਿਓ। ਮੈਂ ਰੋ ਰਹੀ ਸੀ ਪ੍ਰਭੂ ਜੀ ਤੇਰੇ ਵਾਸਤੇ। ਲੈ ਪੀ ਲਿਓ ਪ੍ਰਭੂ ਜੀ ਪਾਣੀ, ਲੈ ਪੀ ਲਿਓ, ਲੈ ਪੀ ਲਿਓ। ਹੇ ਜਰਸ਼ਨਰ ਬੇਟੀਓ, ਮਾਰੇ ਵਾਸਤੇ ਨਾ ਰੋਵੋ, ਆਪਣੇ ਤੇ ਆਪਣੇ ਬੱਚਿਆਂ ਵਾਸਤੇ ਰੋਵੋ। ਜਦ ਇਹ ਲੋਕ ਮਾਰੇ ਗੱਲੇ ਇਹਦਾ ਵਰਤਾਵ ਕਰ ਸਕੇ ਹੀ ਤੇ ਤਾਰੇ ਕੋਲ ਕਿਹਾ ਨਾ ਹੋਈ ਆ। ਰੱਬ ਤਾਰ ਮਦਦ ਕਰਾ, ਮੈਂ ਵੀ ਤਾਰੇ ਵਾਸਤੇ ਦੁਆ ਕਰੀ ਆ। ਚੱਲ ਅਥਾ ਖੜੇ ਰਹੋ, ਚੱਲਦੇ ਰਹੋ, ਜਲਦੀ ਜਲਦੀ ਅਬੇ ਤਵੀ ਜਾਓ, ਚੱਲਦੇ ਰਹੋ, ਅੱਗੇ ਵਧੋ, ਜਲਦੀ ਗਲੇ, ਜਲਦੀ ਗਲੇ। ਅਬੇ ਤੂੰ ਚੱਲ, ਚੱਲੋ, ਅਬੇ ਤੂੰ ਅੱਗੇ ਚੱਲ, ਜਲਦੀ।
अपनो काम करते रहो। हे पिता, इन्होंने माफ कर, ये नहीं जानते कहीं कर रहे हैं। ये बहुते ने बचायो है, अबे अपने आपे ने बचावे। जे तू मसीह है, ये अपने अपने बचा। आवा सुरीपे पर नीचे उतरिया, मन्ने भी कोई चमत्कार करके ता। ते यीशु ने दूं चोरों के विचारे सलीबे पर टंगे गयो। इसी तरह रब्बे संतों द्वारा कई सौ साल पहला कई हुई गलें पूरी हुई। ये कपड़ा के आम बंदा रे नहीं आ। मेलो इन्हें ना फाड़ो, नहीं इन्हें ना फाड़ो, मैं दसू ये रो कहीं करनो आ। चलो पर्ची का ला। ओरे माथे पर एको फट्टी लगाई गई जेरे पर लिखे तो कि ई यहूदियों का राजा आया। ये तो यहूदियों का राजा थी, आप अपने बचा के दिखा। काई तू ते मसीह है ना, ते फिर मन्ने ते आपे अपने ने बचाला। काई तू रब्बे पाले नहीं डरतो, उन्हें वही सजा मिले रही है।
जो मन्ने मिली पर हेरा तो कोई कसूर नहीं है। मन्ने याद रखी प्रभु जी, यदि तू अपने राज्य में जाइए। मैं वादो करूं छु के तू आज ही स्वर्ग में नइए मारे के ले। दोपहर हो गई थी ते 3 घंटा तक सारे देशे मनो नेरो हो गयो। ते मंदिर पड़ दो उपरे लाग के नीचे तक फाट गयो। हे पिता, मैं तारे हाथ मनो अपना आत्मा देऊं छु। स्पानियर सूबेदार ने रब्बेर वड़ियाई देते हुए कहो, रब्बेर महिमा हुआ, यकीनन ई एको धर्मी बंदा तो। धार्मिक कट्ठे जमाले एक चंगे बंदा यूसुफ ने चुनो ये काम से खुश नहीं तो जाके पिलातुसे वाले पूछियो कि प्रभु यीशु जी लोथे ने सत्संग जे दिने से पहला ही कब्रे में तरियो जा सका। माफ करो अमी प्रभु लोथेरे पाछे पाछे आ रहे थे। तुम सारे आ सको पर चलो बंदगी दिन शुरू हो जाओ। ऐतवारे दिन तड़के ही औरतें खुशबूदार चीजें बना के कब्रे पंजो आई। उन्होंने कब्रे का पत्थर पर पड़े हुए देखियो ते जदे वो अंदर गई ते प्रभु यीशु लोथ उठा नहीं थी। तमी जिंदा ने मरे मिका लाभो ऊ तो नहीं है
ਉਹ ਜੀ ਉੱਠਿਓ ਆ ਤੁਨੇ ਯਾਦ ਹੈ ਉਹ ਗਲੀਲੇ ਮੀ ਕਾਈ ਕਿਉਂ ਤੋ ਸਲੀਬੇ ਪਰ ਚੜਾਇਓ ਜਈ ਆ ਤੇ ਤੀਜੇ ਦਿਨ ਜੀ ਉੱਠੀਏ ਮੈਂ ਅੰਦਰ ਗਈ ਪਰ ਮਾਰੇ ਪ੍ਰਭੂ ਸਰੀਰ ਉੱਤਾ ਨਹੀਂ ਆ ਕਾਹੀ ਪ੍ਰਭੂ ਸਰੀਰ ਨਹੀਂ ਆ ਤੇ ਦੂਈ ਬੰਦਾ ਮਹੀਨੇ ਦੀਸੇ ਸਵਰਗ ਦੂ ਚਮਕਤੇ ਸੂਰਜੇਰ ਵਰਗੇ ਤੇ ਮਹੀਨੇ ਈ ਕਿਉ ਤਵੀ ਜਿੰਦਾ ਨੇ ਮਰੇ ਹੋ ਮੀ ਕਾ ਲਾਭੋ ਛੋ ਈ ਸੱਚਾ ਯਕੀਨ ਕਰੋ ਯਕੀਨ ਕਰੋ ਮੰਮੀ ਉਹਨੇ ਦੇਖਿਓ ਤਵੀਂ ਵੀ ਜਾ ਕੇ ਦੇਖੋ ਕਬਰ ਖਾਲੀ ਆ ਪ੍ਰਭੂ ਤਾਂ ਨਹੀਂ ਆ ਪਤਰਸ ਤੂੰ ਮਾਰ ਯਕੀਨ ਕਰ ਪ੍ਰਭੂ ਯੇਸ਼ੂ ਦੂ ਚੇਲਾ ਰੁਪਿਓ ਪ੍ਰਗਟ ਹੋਇਓ ਤੇ ਉਹ ਖੁਸ਼ੀ ਗੱਲੇ ਆਪਣੇ ਸਾਥੀ ਰੁਪਿਓ ਗਏ ਪ੍ਰਭੂ ਸੱਚੇ ਮੁੱਚੇ ਜਿੰਦਾ ਹੋ ਗਏ ਆ ਉਹ ਪਤਰਸ ਨਹੀਂ ਦਿਸਿਓ ਆਵੀਂ ਜਿਹਦੇ ਰਸਤਾ ਵੀ ਤੇ ਆਵੀਂ ਉਹਨੇ ਨਹੀਂ ਪਛਾਣ ਸਕੇ ਪਰ ਰੋਟੀ ਤੋੜੇ ਭਰੇ ਆਵੀਂ ਉਹਨੇ ਪਛਾਣਿਓ ਅਮੋਨ ਸਿਰ ਮੀਓ ਉਹ ਕਿਹਦਾ ਚਲੇ ਗਏ ਤੁਨੇ ਸ਼ਾਂਤੀ ਮਿਲਾ ਤਵੇਂ ਕਾਹ ਇੰਨੀ ਚਿੰਤਾ ਮਨੋ ਤਾਰੇ ਮਨੇ ਮਨ ਸ਼ੱਕ ਕਾਹ ਉੱਠੇ ਰਹੇ ਹੋ ਆ ਦੇਖੋ ਮਾਰੇ ਹੱਥੋਂ ਤੇ ਪੈਰੋਂ ਨੇ ਤੇ ਜਾਣ ਲਿਓ ਕਿ ਮੈਂ ਹੀ ਹੂੰ ਮਨੇ ਟੋਈਓ ਤੇ ਜਾਣ ਲਈਓ ਕਿਉਂਕਿ ਆਤਮਾ ਮੰਨੋ ਅੱਡੀ ਤਾਂ ਮਾਸ ਨਹੀਂ ਉੱਤੋਂ ਆ ਜਿਹੜਾ ਤੁਸੀਂ ਮਰ ਮਨੋ ਦੇਖੇ ਰਹੇ ਹੋ ਮੈਂ ਇਹੀ ਤਾਂ ਗੱਲਾਂ ਕਰ ਤੋ ਜਦੇ ਮੈਂ ਤੁਹਾਡੀ ਗੱਲ ਰਹਿ ਤੋ ਰੱਬੇਰ ਵਚਨੇ ਮੰਨੋ ਮਾਰੇ ਬਾਰੇ ਮੰਨੋ ਜੁਣੋ ਲਿਖਿਓ ਅਤੇ ਕਿਉਂ ਗਿਓ ਉਹ ਪੂਰ ਹੋਣੋ ਤੋ ਈ ਤਾਂ ਲਿਖਿਓ ਆ ਕਿ ਮਸੀਹਣ ਦੁੱਖ ਝੱਲਣੋ ਤੀਜੇ ਦਿਨ ਮੁਰਦਿਆਂ ਵੱਲ ਜੀ ਉੱਠਣੋ ਆ ਉਹਰੇ ਨਾਮੇ ਗਿੱਲੇ ਤੌਬਾ ਅਤੇ ਪਾਪਰ ਮਾਫੀਰ ਖਬਰ ਲੈ ਕੇ ਯਰੂਸ਼ਲਮੇ ਤੋਂ ਲੈ ਕੇ ਸਾਰੇ ਜਗਤੇ ਮਈ ਦੱਸਿਓ ਜਾਵਾ ਤਵੀਂ ਸਾਰੀ ਗੱਲੋਂ ਰਗਵਾ ਹੋ ਮੈਂ ਆਪੇ ਹੀ ਆਪਣੇ ਪਿਤਰ ਕਿਉਂ ਵਚਨ ਧਾਰੇ ਵਾਸਤੇ ਪੂਰੋ ਕਰੀ ਹੋ ਸਵਰਗੀ ਵੱਲ ਸ਼ਕਤੀ ਲੈ ਤੱਕ ਯਰੂਸ਼ਲਮ ਮੇਰੇ ਮਨੋ ਹੀ ਉਡੀਕਦੇ ਰਹਿ ਜਾਓ ਰੱਬ ਤਨੇ ਸੰਭਾਲਾ ਅਤੇ ਆਸ਼ੀਸ਼ ਦੇਵਾ ਸਵਰਗੇ ਰੋ ਅਤੇ ਧਰਤੀ ਰੋ ਸਾਰੋ ਹੱਕ ਮੰਨੇ ਦਿਨੇ ਗਿਓ ਛਾ ਇਹਦੇ ਕਰਕੇ ਸਾਰੀ ਜਾਤੀ ਦੇ ਲੋਕਾਂ ਨੂੰ ਚੇਲਾ ਬਣਾਓ ਉਹਨਾਂ ਨੇ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਨਾਮੇ ਮਨੋ ਬਪਤਿਸਮਾ ਦਿਓ ਅਤੇ ਉਹਨਾਂ ਨੇ ਉਹ ਸਾਰੀ ਗੱਲਾਂ ਸਿਖਾਓ ਜਿਹਨਾਂ ਨੂੰ ਮੈਂ ਤਨੇ ਹੁਕਮ ਦਿਨੋ ਛਾ ਅਤੇ ਦੇਖੋ ਮੈਂ ਜਗਤਰ ਖਤਮ ਹੋਏ ਤੱਕ ਧਰ ਗਿੱਲੇ ਹੀ ਆਮੀਨ ਬਹੁਤ ਸਮੇਂ ਪਹਿਲੇ ਸੰਤੋਂ ਹੋਈ ਲਿਖਿਓ ਕਿ ਰੱਬ ਪਾਪੀ ਨੂੰ ਬਚਾਏ ਵਾਸਤੇ ਔਰ ਆਪਣੇ ਅਗਲੇ ਮੇਲ ਮਿਲਾਪ ਕਰੇ ਵਾਸਤੇ ਮਸੀਹੇ ਨਿਕਾਲੀ ਆ ਮਸੀਹੇ ਨੂੰ ਜੀਵਨੀ ਸਾਫ਼ ਸਾਫ਼ ਦੱਸਿਆ ਕਿ ਉਹੀ ਬਚਾਏ ਵਾਲੋ ਆ ਜਿੰਨੇ ਘੱਲੇ ਵਾਸਤੇ ਰੱਬ ਨੇ ਵਚਨ ਦਿਨੋ ਤੋਂ
ਛਾਇਆ ਸੰਤ ਨੇ ਕਿਹਾ ਕਿ ਇੱਕੋ ਕੁਆਰੀ ਗਰਭਵਤੀ ਹੋਈਆ ਅਤੇ ਇੱਕ ਬੇਟਾ ਨੇ ਜਨਮ ਦਿਆ ਅਤੇ ਇਹਦਾ ਹੋਇਓ ਵੀ ਰੱਬੇ ਦੀ ਕਿਰਪਾ ਗੱਲੇ ਮਰੀਅਮ ਜੋ ਕਿ ਇੱਕੋ ਕੁਆਰੀ ਸੀ ਗਰਭਵਤੀ ਹੋਈ ਅਤੇ ਯਿਸੂ ਨੇ ਜਨਮ ਦਿਨੋਂ ਜਿਹਦਾ ਕਿ ਵਚਨੋਂ ਮਨੋਂ ਲਿਖਿਓ ਆ ਔਰ ਉਹ ਅਦਭੁਤ ਰੀਤੀ ਗੱਲੇ ਜਨਮ ਲੈਣੋਂ ਰੱਬੇ ਵਰਲੇ ਇੱਕੋ ਨਿਸ਼ਾਨੀ ਹੋਈ ਆ ਕਿ ਜਿਹਨੂੰ ਪੈਦਾ ਹੋਇਓ ਉਹ ਬੱਚਾ ਇੱਕੋ ਮਸੀਹ ਆ ਜਿਹਨੇ ਰੱਬ ਆਪਣੋ ਬੇਟਾ ਕਵਾਇਆ। ਜਦੇ ਲੋਕੋਂ ਯਿਸੂ ਨੂੰ ਦੇਖਿਓ ਅਤੇ ਉਹਦੇ ਮੈਨੂੰ ਰੱਬੇ ਕੋ ਸੁਭਾਅ ਅਤੇ ਸ਼ਕਤੀ ਦੇਖੀ ਉਹ ਲੋਕਾਂ ਨੂੰ ਚੰਗਾਈ ਦੇਣੀ ਅਤੇ ਉਹਨਾਂ ਨੂੰ ਪਾਪੋਂ ਨੇ ਮਾਫ਼ ਕੀਤੋ ਉਹ ਲੋਕਾਂ ਨੇ ਵਚਨ ਦਿਨੋਂ ਕਿ ਰੱਬੇ ਜਗਾਜੇ ਮੈਨੂੰ ਉਹਨਾਂ ਨੂੰ ਜਗ੍ਹਾ ਮਿਲੀ ਆ। ਯਿਸੂ ਨੇ ਆਪਣੋ ਜੀਵਨ ਬਲੀਦਾਨ ਕੀਤੋ ਅਤੇ ਲੋਕਾਂ ਵਾਸਤੇ ਸਜ਼ਾ ਭੁਗਤੀ ਉਹ ਮਰ ਕੇ ਵੀ ਜ਼ਿੰਦਾ ਹੋ ਕੇ ਸਾਬਤ ਕੀਤੋ ਕਿ ਉਹ ਸ਼ਕਤੀ ਮੌਤ ਦੀ ਸ਼ਕਤੀ ਤਾਂ ਕਈ ਗੁਣਾ ਜ਼ਿਆਦਾ ਆ। ਯਿਸੂ ਜੋ ਕਿ ਇੱਕ ਮਸੀਹਾ ਆ ਉਹ ਕਿਉਂ ਕਿ ਉਹਨੇ ਜਾਨ ਦੇ ਵੀ ਸ਼ਕਤੀ ਆ ਅਤੇ ਉਹਨੇ ਵਾਪਸ ਲੈ ਵੀ ਸ਼ਕਤੀ ਆ। ਯਿਸੂ ਜੀਵਨ ਭਵਿੱਖਬਾਣੀ ਔਰ ਅਨੁਸਾਰ ਤੋਂ ਯਿਸੂ ਜੀਵਨ ਇਹ ਗੱਲੇ ਦਾ ਪੱਕੋ ਸਬੂਤ ਆ ਕਿ ਰੱਬੇ ਦਾ ਪਵਿੱਤਰ ਵਚਨ ਬਿਲਕੁਲ ਸੱਚ ਅਤੇ ਕਦੇ ਨਾ ਬਦਲੇ ਵਾਲੋ ਆ। ਇਹ ਸੱਚ ਆ ਕਿ ਯਿਸੂ ਹੀ ਰੱਬੇ ਦਾ ਵਚਨ ਆ। ਰੱਬ ਆਪਣੇ ਆਪਣੇ ਯਿਸੂ ਪਰ ਲੋਕੋਂ ਮਨੋਂ ਪ੍ਰਗਟ ਕਰਾਇਆ। ਯਿਸੂ ਨੇ ਖੁਦ ਕਿਹਾ ਕਿ ਆਕਾਸ਼ ਅਤੇ ਧਰਤੀ ਮਿਟ ਜੀਏ ਪਰ ਮਰ ਵਚਨ ਕਦੇ ਨਾ ਟਲੀਆ। ਸਭ ਤੋਂ ਪਹਿਲੇ ਰੱਬ ਨੇ ਆਦਮ ਅਤੇ ਹਵਾ ਨੇ ਬਣਾਇਓ ਤਾਂ ਕਿ ਉਹ ਉਹਦੇ ਸਾਹਮਣੇ ਖੁਸ਼ੀ ਉਂਗਲੇ ਰਹਿ ਸਕੇ ਪਰ ਉਹਨੂੰ ਰੱਬੇ ਪਰ ਯਕੀਨ ਨਾ ਕਿਦੋ ਅਤੇ ਉਹਦੇ ਹੁਕਮੇ ਨੇ ਨਾ ਮੰਨਿਓ। ਉਹਨੂੰ ਅਜੇ ਇਹ ਸ਼ਰਮਨਾਕ ਕਾਮ ਨੇ ਉਹਨਾਂ ਨੇ ਰੱਬੇ ਤੋਂ ਦੂਰ ਕਰ ਦਿਨੋਂ। ਪਵਿੱਤਰ ਬਾਈਬਲ ਨੂੰ ਲਿਖਿਓ ਆ ਕਿ ਸਾਰੇ ਲੋਕੋਂ ਪਾਪ ਕਿਦੋ ਆ ਅਤੇ ਹੋਰ ਪਾਪੇ ਔਰ ਫਲ ਮੌਤ ਆ। ਜੁਣੇ ਲੋਕ ਪਾਪ ਕਰਾਈ ਉਹ ਰੱਬੇ ਦੀ ਸੰਗਤੀ ਮੈਨੂੰ ਨਹੀਂ ਕਹਿ ਸਕਦੇ। ਯਿਸੂ ਨੇ ਬਲੀਦਾਨ ਦਿਨੋਂ ਤਾਂ ਕਿ ਅਵੀਂ ਦੁਬਾਰਾ ਰੱਬੇ ਵਾਲੀ ਸੰਗਤੀ ਕਰ ਸਕਾਂ। ਜੇ ਤਰ੍ਹਾਂ ਰੱਬ ਨੇ ਇੱਕ ਹੀ ਭੇਡੇ ਦਾ ਇੰਤਜ਼ਾਮ ਇਬਰਾਹਿਮ ਦੀ ਬੇਟਾ ਦੀ ਮਜ਼ੇ ਦੀ ਥਾਂ ਪਰ ਕਿਦੋ ਇਹਦਾ ਰੱਬ ਨੇ ਯਿਸੂ ਨੇ ਆਦਮੀ ਦੀ ਪੀੜ੍ਹੀ ਦੀ ਮਜ਼ੇ ਦੀ ਥਾਂ ਪਰ ਘੱਲਿਓ। ਉਹ ਇਹਦਾ ਤਾਂ ਕਿਉਂ ਕਿ ਜੋ ਵੀ ਯਿਸੂ ਪਰ ਯਕੀਨ ਕਰਾਏ ਉਹ ਸੰਗਤੀ ਮੈਨੂੰ ਆ ਸਕਾਇਆ। ਯਿਸੂ ਦਾ ਚੇਲਾ ਪਤਰਸ ਨੇ ਕਿਹਾ ਯਿਸੂ ਹੀ ਉਹ ਜਿਹਦੇ ਬਾਰੇ ਮੈਨੂੰ ਸੰਤੋਂ ਕਿਹਾ ਜੋ ਕੋਈ ਔਰ ਪਰ ਯਕੀਨ ਕਰੀਆ ਰੱਬ ਔਰ ਪਾਪ ਮਾਫ਼ ਕਰੀਆ। ਜੋ ਯਿਸੂ ਪਾਛਾ ਚਾਲੀਏ ਉਹਨਾਂ ਨੇ ਪਾਪੇ ਤੋਂ ਛੁਟਕਾਰਾ ਮਿਲਿਆ ਅਤੇ ਉਹ ਸਦਾ ਰੱਬੇ ਦੀ ਸੰਗਤੀ ਮੈਨੂੰ ਰਹੀਏ। ਜਦੋਂ ਯਿਸੂ ਮੁਰਦਾਂ ਵਾਲੇ ਜੀ ਉੱਠਿਓ ਅਤੇ ਉਹ ਆਪਣੇ ਚੇਲਾ ਨੇ ਕਿਹਾ ਸਾਰੇ ਦੇਸ਼ੋਂ ਮੈਨੂੰ ਮਾਰੇ ਨਾਮੇ ਤੇ ਇਹ ਲੋਕੋ ਮੈਨੂੰ ਪ੍ਰਚਾਰ ਕਿਦੋ ਜਈਆ ਰੱਬ ਉਹਨਾਂ ਦੀ ਗੁਨਾਹ ਮਾਫ਼ ਕਰੀ ਆ ਜਿਹਨੂੰ ਆਪਣੇ ਪਾਪਾਂ ਨੂੰ ਛੋੜ ਕੇ ਉਹਦੇ ਵੱਲੇ ਮੁੜੀ ਆ। ਯਿਸੂ ਨੇ ਇਹ ਵੀ ਕਿਹਾ ਕਿ ਉਹ ਰੱਬੇ ਔਰ ਪਵਿੱਤਰ ਆਤਮਾ ਘਾਲੀ ਆ ਕਿ ਉਹ ਉਹਦੇ ਚੇਲਾ 'ਚ ਗੱਲੇ ਰਹੀ ਆ ਉਹਨਾਂ ਨੂੰ ਸ਼ਕਤੀ ਦੀ ਆ ਤਾਂ ਕਿ ਉਹ ਰੱਬੇ ਰਾਹੀਂ ਬਚਾਲ ਸਕੇ। ਜਦੇ ਪਾਪਾਂ ਨੇ ਕੋਤੇ ਨੇ ਆ ਕੇ ਪਾਪਾਂ 'ਤੇ ਤੋਵਾਂ ਕੀਤੀ ਅਤੇ ਯਿਸੂ ਪਾਛਾ ਚਾਲਣਾ ਸ਼ੁਰੂ ਕੀਤੋ ਅਤੇ ਯਿਸੂ ਨੇ ਉਹਨੇ ਕਿਹਾ ਕਿ ਤਾਰ ਪਾਪ ਮਾਫ਼ ਹੋਏ ਤਾਰੇ ਯਕੀਨ ਨੇ ਤੈਨੇ ਬਚਾ ਲੈ ਦੋ। ਯਿਸੂ ਨੇ ਕਿਹਾ ਜਿਹਦੇ ਲੋਕ ਸੱਚੇ ਮਨੇ ਗਲੇ ਰੱਬੇ ਨੇ ਪਿਆਰ ਕਰਾਈ ਇਹੋ ਮਤਲਬ ਇਹ ਨਿਕਲਿਆ ਹੈ ਕਿ ਰੱਬ ਨੇ ਉਹਨਾਂ ਨੂੰ ਪਾਪ ਮਾਫ਼ ਕਰ ਦੇਣੇ। ਯਿਸੂ ਮਸੀਹ ਨੇ ਲੋਕਾਂ ਨੇ ਆਪਣੇ ਪਾਛਾ ਚਾਲੇ ਵਾਸਤੇ ਬੁਲਾਇਓ। ਜਦੇ ਉਹ ਦੋਸ਼ੀ ਯਿਸੂ ਗਲੇ ਸਲੀਬੇ ਪਰਤੋ ਅਤੇ ਯਿਸੂ ਪਰ ਯਕੀਨ ਕਿਦੋ ਅਤੇ ਆਪਣੇ ਆਪੇ ਨੇ ਬਚਾਏ ਵਾਸਤੇ ਪੁਕਾਰਿਓ ਅਤੇ ਉਹਦੇ ਯਿਸੂ ਨੇ ਕਿਹਾ ਤੂੰ ਆ ਜੀ ਮਾਰੇ ਗਲੇ ਸਵਰਗ ਲੋਕੇ ਮਨੋਜੇ। ਜੁਨੇ ਯਿਸੂ ਕੋ ਚੇਲਾ ਬਣੇ ਵਾਸਤੇ ਪੱਕੋ ਇਰਾਦਾ ਕਰਾਈ ਉਹ ਯਿਸੂ ਗਲੇ ਆਪਣੇ ਸੰਬੰਧਿਤ ਸ਼ੁਰੂਆਤ ਇਹ ਸ਼ਬਦੋਂ ਦੇ ਇਸਤੇਮਾਲ ਗਲੇ ਕਰ ਸਕਈ। ਹੇ ਪਿਤਾ ਤੂੰ ਧਰਮੀ ਸੀ ਮੈਂ ਤਾਰੋਂ ਧੰਨਵਾਦ ਕਰੂੰ ਛੂੰ ਕਿ ਤੂੰ ਜੋ ਮੈਨੇ ਪਿਆਰ ਕਰਾਈ। ਮੰਨੇ ਇਹ ਗੱਲੇ ਦਾ ਪਛਤਾਵਾ ਆ ਕਿ ਮੈਂ ਤਾਰੇ ਹੁਕਮ ਨੂੰ ਨਹੀਂ ਮੰਨਿਓ ਅਤੇ ਤਾਰੇ ਵਿਰੁੱਧ ਪਾਪ ਕਿਦੋ। ਮੈਂ ਧੰਨਵਾਦ ਦੇਣਾ ਚਾਹੂੰ ਸੀ ਤਾਰੋ ਜੋ ਤੂੰ ਮਾਰੀ ਥਾਂ ਪਰ ਯਿਸੂ ਮਸੀਹ ਨੇ ਸਲੀਬੇ ਪਰ ਮਰੇ ਵਾਸਤੇ ਘੱਲਿਓ ਅਤੇ ਉਹ ਤੀਜੇ ਦਿਨ ਜੀ ਉੱਠਿਓ। ਮੈਂ ਧੰਨਵਾਦ ਦੇਣਾ ਚਾਹੂੰ ਛੂੰ ਕਿ ਜੋ ਮਾਰੀ ਪਾਪਰ ਕਰਕੇ ਸਜ਼ਾ ਭੁਗਤੀ ਮੈਂ ਤਾਰੇ ਰਾਹੇ ਪਰਚਾਲੀ ਹੂੰ। ਔਰ ਯਿਸੂ ਨੇ ਆਪਣਾ ਬਚਾਇਆ ਲਓ ਅਤੇ ਪ੍ਰਭੂ ਦੀ ਰੂਪੇ ਮੈਨੂੰ ਸਵੀਕਾਰ ਕਰਨਾ ਚਾਹੂੰ ਛੂੰ। ਮੈਂ ਧੰਨਵਾਦ ਦੇਣਾ ਚਾਹੂੰ ਛੂੰ ਕਿ ਤੂੰ ਮਾਰੇ ਪਾਪੋਂ ਨੇ ਮਾਫ਼ ਕੀਤੋ ਅਤੇ ਹੋਰ ਸਦਾ ਵਾਸਤੇ ਆਪਣੇ ਰਾਜ ਨੂੰ ਰਹਿ ਰੂਆ ਖੋਲ ਦਿੰਦਾ ਹਾਂ। ਮੈਂ ਬੇਨਤੀ ਕਰੂੰ ਕਿ ਆਪਣੇ ਪਵਿੱਤਰ ਆਤਮਾ ਮਨੇ ਦਾ ਤਾਂ ਕਿ ਉਮਰ ਗੱਲੇ ਰਵਾ ਅਤੇ ਤਾਰੋ ਰਾਹ ਦਿਖਾਤੋ ਰਵਾ ਊ ਮਨੇ ਸ਼ਕਤੀ ਦੇਵਾ ਤਾਂ ਕਿ ਮੈਂ ਤੈਨੂੰ ਸੱਚੇ ਦਿਲ ਗਲੇ ਪਿਆਰ ਕਰ ਸਕੂੰ ਤਾਂ ਕਿ ਮੈਂ ਇਹਦਾ ਜ਼ਿੰਦਗੀ ਜੀਊਂ ਜੁਣ ਤੈਨੇ ਪਸੰਦ ਹੋ ਸਕਾ ਔਰ ਦੁਨੀਆ ਮਨ ਹਰ ਜਗ੍ਹਾ ਲੋਕ ਧਾਰ ਮਹਿਮਾ ਕਰਾਏ। ਆਮੀਨ। ਯਿਸੂ ਨੇ ਆਪਣੇ ਚੇਲਿਆਂ ਦੇ ਬਾਰੇ ਮੈਨੂੰ ਕਿਹਾ ਮਾਰੀ ਭੇਡੇ ਮਾਰੋ ਸ਼ਬਦ ਸੁਣਿਆ ਹੀ ਮੈਂ ਉਹਨਾਂ ਨੂੰ ਜਾਣੂ ਅਤੇ ਉਹ ਮਾਰੇ ਪਾਛਾ ਚੱਲਿਆ ਹੀ। ਯਿਸੂ ਚੇਲਾ ਇੱਕ ਦੂਜੇ ਗੱਲੇ ਮਿਲਿਆ ਹੀ ਅਤੇ ਹਰ ਰੋਜ਼ ਉਹਦੇ ਗੱਲੇ ਗੱਲੇ ਕਰਾਈ ਉਹਦੇ ਵਚਨੋਂ ਨੂੰ ਪੜ੍ਹਿਆ ਹੀ ਅਤੇ ਹਰ ਰੋਜ਼ ਉਹਦੇ ਵਚਨੋਂ ਨੂੰ ਯਾਦ ਰੱਖਿਆ ਹੀ ਔਰ ਦੂਸਰੇ ਉਹਨੇ ਵੀ ਉਹਦੇ ਬਾਰੇ ਮੈਨੂੰ ਦੱਸਿਆ ਹੀ। ਯਿਸੂ ਉਹਨਾਂ ਨੇ ਰਾਹ ਦਿਖਾਵਾਇਆ ਔਰ ਰੱਬੇ ਦੁਆਰਾ ਜਨੂਰ ਨੂੰ ਦਿਲੋਂ ਮਨਰਵਾਇਆ ਉਹਨਾਂ ਨੇ ਸ਼ਕਤੀ ਪ੍ਰਦਾਨ ਕਰਾਇਆ ਹਮੇਸ਼ਾ ਉਹਦੀ ਗੱਲੋਂ ਚੇਤਾ ਰੱਖਿਆ ਹੀ
ਜਿਹਨੂੰ ਸਵਰਗੇ ਪਰ ਜਾਤੇ ਹੋਏ ਕਹੀ ਤੀ। ਰੱਬ ਨੇ ਮੈਨੂੰ ਧਰਤੀ ਅਤੇ ਸਵਰਗੇ ਪਰ ਅਧਿਕਾਰ ਦਿੱਤਾ ਵਾ। ਯਕੀਨ ਕਰੋ ਮੈਂ ਹਮੇਸ਼ਾ ਤੁਹਾਡੇ ਅਗਲੇ ਦੁਨੀਆਂ 'ਚ ਅੰਤੇ ਤੱਕ ਰਹੀ ਹੂੰ।